चरखड़ी ते चढ़े हास, चरखड़ी ते चढ़े हास, बांध कटवाए दास, चरखड़ी ते चढ़े हास, बांध कटवाए दास, ओ चरखड़ी ते चढ़े हास, चरखड़ी ते चढ़े हास, बांध कटवाए दास, रंभी नाल खोपरी लहाई तेरे खाल से, रंभी नाल खोपरी लहाई तेरे खाल से, पर मुखो सीना सुनाई तेरे खाल से, पर मुखो सीना सुनाई तेरे खाल से, हजार बार हो उसरे मनारे दे सिरा दे हजार बार हो उसरे मनारे दे उसरे मनारे दे सिरा दे हजार बार हो पुठी खाल सिखी लई पुठी खाल सिखी लई लहाई तेरे खाल से पुठी खाल सिखी लई लहाई तेरे खाल से Thank you.
ओ तत्ती तवी ते बैठ के किसे भौरे देख करनी सबर दी दसी जंग तैनू आशिक किसे ने चांदनी चौक अंदर ते मर के जीवन दा दसिया ढंग तैनू मस्ती लथी ना तेरी मुस्तानिया दिता समय ने सूली टंग तैनू ज्यों ज्यों सड़े तू पठिया बिच पे क्यों क्यों चढ़े परवानिया रंग तैनू ਸ੍ਰਿਸ਼ਟੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਹਿਨਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਭਰਿ ਖਾਲਸਾ ਜੀਓ ਜੋ ਵੀ ਆਪਾਂ ਦਿਆਲੂ ਕਿਰਪਾਲੂ ਗੁਰੂ ਦੀ ਗੋਦ 'ਚ ਬੈਠੇ ਹਾਂ ਬੇਨਤੀ ਪ੍ਰਵਾਨ ਕਰਿਓ ਰਲ ਮਿਲ ਕੇ ਫਤਿਹ ਦੀ ਆਵਾਜ਼ ਫਤਿਹ ਦੇਣ ਦੀ ਕਿਰਪਾਲਤਾ ਬਖਸ਼ੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੀ ਕੀਤੀ ਰਹਿਮਤ ਕੀਤੀ ਨਗਰ ਦੇ ਪ੍ਰਬੰਧਕ ਇਲਾਕੇ ਦੀ ਕਮੇਟੀਆਂ ਰਲ ਮਿਲ ਕੇ ਸਾਲਾਨਾ ਜੋੜ ਮੇਲਾ ਮਨਾਉਣ ਦਾ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ ਜਿਉਂਦੀਆਂ ਕੌਮਾਂ ਦੀ ਬਸ ਇਹ ਇੱਕ ਨਿਸ਼ਾਨੀ ਹੈ ਕਿ ਜਿਉਂਦੀਆਂ ਕੌਮਾਂ ਆਪਣੇ ਵੱਡੇ ਨੂੰ ਕਦੀ ਭੁਲਾਉਂਦੀਆਂ ਨਹੀਂ ਜਿਹੜੀਆਂ ਕੌਮਾਂ ਆਪਣੇ ਵੱਡਿਆਂ ਨੂੰ ਭੁਲਾ ਦੇਣ ਦੁਨੀਆਂ ਦੀਆਂ ਬਲਵਾਨ ਕੌਮਾਂ ਦੁਨੀਆਂ ਦੇ ਨਕਸ਼ੇ ਤੋਂ ਹਮੇਸ਼ਾ ਤੇ ਉਹਨੂੰ ਮਿਟਾ ਦਿੰਦੀਆਂ ਸਿੱਖ ਜਿੱਥੇ ਬੈਠਾ ਹੈ ਭਾਵੇਂ ਉਹਦੀ ਗਿਣਤੀ ਥੋੜ੍ਹੀ ਹੈ ਭਾਵੇਂ ਉਹਦੀ ਗਿਣਤੀ ਜ਼ਿਆਦਾ ਹੈ ਸਿੱਖ ਆਪਣੇ ਗੁਰੂਆਂ ਦੇ ਦਿਨ ਮਨਾਉਂਦਾ ਹੈ ਗੁਰੂਆਂ ਦੇ ਸ਼ਹੀਦ ਪੁੱਤਾਂ ਦੇ ਦਿਨ ਮਨਾਉਂਦਾ ਹੈ
ਗੁਰੂ ਦੇ ਨਾਂ ਤੇ ਸ਼ਹੀਦ ਹੋਣੇ ਗੁਰਸਿੱਖਾਂ ਦੇ ਦਿਨ ਮਨਾਉਂਦਾ ਹੈ ਤੇ ਉਹਨਾਂ ਸੰਤਾਂ ਮਹਾਂਪੁਰਸ਼ਾਂ ਪਵਿੱਤਰ ਆਤਮਾਵਾਂ ਨੂੰ ਯਾਦ ਕਰਦਾ ਹੈ ਜਿਹਨਾਂ ਸਮੇਂ ਸਮੇਂ ਤੇ ਮਾਤ ਰੁਕ ਧਿਆਨ ਕੇ ਇਸ ਦੁਨੀਆਂ ਦੀ ਲੁਕਾਈ ਦੀ ਭਲਾਈ ਕਰਕੇ ਤੇ ਆਪਣਾ ਇੱਕ ਇੱਕ ਸਵਾਸ ਗੁਰੂ ਦੇ ਲੇਖੇ ਉੱਤੇ ਲਾ ਦਿੱਤਾ ਹੈ। ਸ਼ਹੀਦਾਂ ਦਿਨ ਮਨਾਉਂਦਿਆਂ ਸੰਤਾਂ ਮਹਾਂਪੁਰਸ਼ਾਂ ਦੇ ਨੇ ਮਨਾਉਂਦੇ ਹਾਂ ਜਿਹੜਾ ਅੱਜ ਆਪਾਂ ਦਿਨ ਮਨਾ ਰਹੇ ਹਾਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਅਨੰਨ ਸੇਵਕ ਮੇਰੇ ਤੋਂ ਪਹਿਲਾਂ ਗਿਆਨੀ ਜੀ ਸੇਵਾ ਦੀ ਬਾਤ ਪਾ ਕੇ ਗਏ ਨੇ, ਸਟੇਜ ਉੱਤੇ ਬੈਠੇ ਨੇ ਬਹੁਤ ਹੀ ਸਤਿਕਾਰਯੋਗ ਪਵਿੱਤਰ ਆਤਮਾ ਬਾਬਾ ਸ਼ਬੇਗ ਸਿੰਘ ਜੀ, ਅਸੀਂ ਇਹਨਾਂ ਦੇ ਦੇਣਦਾਰ ਹਾਂ। ਵੇਖੋ ਸਾਧੂ ਸੰਤ ਗੁਰਦੁਆਰੇ ਬਣਾਏ ਨੇ, ਲੇਕਿਨ ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਸਾਡੀ ਬੇਨਤੀ ਪ੍ਰਵਾਨ ਕੀਤੀ, ਸਿੱਖ ਪੰਥ ਦੇ ਮਹਾਨ ਢਾਡੀ ਦੇਵਤੇ ਵਰਗੇ, ਢਾਡੀ ਦੇਵਤੇ ਵਰਗੇ ਕੋਈ ਬੰਦਾ ਮੈਨੂੰ ਇਹ ਗੱਲ ਪੁੱਛੇ ਕਿ ਜਿਉਂਦਾ ਜਾਗਦਾ ਮੈਂ ਕਦੇ ਕੋਈ ਦੇਵਤਾ ਵੇਖੀਏ? ਵੇਖ ਗੁਰੂ ਦੱਤ ਦੀ ਮੁਬਾਰਕ ਹਜ਼ੂਰੀ ਹੈ, ਮੈਂ ਗੁਰੂ ਕੇ ਦਰਬਾਰ ਚ ਪ੍ਰਵਾਨ ਕਰਦਾ ਹਾਂ ਜੇ ਮੈਂ ਜਿਉਂਦਾ ਜਾਗਦਾ ਕੋਈ ਦੇਵਤਾ ਵੇਖੀਏ ਤੇ ਉਹ ਪੰਥ ਦੇ ਮਹਾਨ ਢਾਡੀ ਸੱਚਖੰਡ ਵਾਸੀ ਗਿਆਨੀ ਸੋਹਣ ਸਿੰਘ ਜੀ ਸੀ। ਨੌ ਦਹਾਕੇ ਮਾਤ ਲੋਕ ਉੱਤੇ ਬਤਕੀ ਤੇ ਨੌ ਦਹਾਕੇ ਚਿੱਟੀ ਦੁੱਧ ਵਰਗੀ ਚਾਦਰ ਰੱਬ ਦੇ ਕੋਲ ਲੈ ਕੇ ਇਸ ਦੇਸ਼ ਉੱਤੇ ਆਏ, ਦੁਨੀਆਂ 'ਚ ਵਿਚਰ ਕੇ ਨੌ ਦਹਾਕੇ ਬਤੀਤ ਕਰਕੇ ਤੇ ਚਿੱਟੀ ਦੁੱਧ ਵਰਗੀ ਚਾਦਰ ਪ੍ਰਭੂ ਦੇਸ਼ ਨੂੰ ਵਾਪਸ ਲੈ ਜਾਣੀ। ਇਹ ਤੋਂ ਵੱਡਾ ਕੋਈ ਦੁਨੀਆਂ 'ਤੇ ਦੇਵਤਾ ਨਹੀਂ। ਕਦੇ ਰੰਗ ਜੇ ਵੀ ਦੇਖਦਾ ਹੈ ਆਪਣੇ ਪੁੱਤ ਨੂੰ ਚਿੱਠੀ, ਬੇਟਾ ਮੈਂ ਚਿੱਟੀ ਚਾਦਰ ਲੈ ਕੇ ਖਜ਼ਾਨੇ ਦੇ ਕੋਲੋਂ ਆਇਆ ਹੀ ਤੇ ਅੱਜ ਇਹਨੇ ਪਾਪ ਕਰ ਲਏ ਨੇ, ਜਿਸ ਖਜ਼ਾਨੇ ਦੇ ਨਾਂ ਤੇ ਮੈਂ ਪਾਪ ਕੀਤੇ ਨੇ ਉਹ ਖੁਦਾ ਮੇਰਾ ਉਹਨੂੰ ਕਦੇ ਬਖਸ਼ੇਗਾ ਵੀ ਨਹੀਂ, ਕਦੇ ਨਹੀਂ ਬਖਸ਼ੇਗਾ। ਉਸ ਮਹਾਨ ਢਾਡੀ ਦੇ ਨਾਂ ਦੇ ਉੱਤੇ ਬਾਬਾ ਜੀ ਹੁਣ ਨੇ ਸਾਨੂੰ ਗੁਰੂ ਕੀ ਵਡਾਲੀ ਜਿੱਥੇ ਛੇ ਪਾਤਸ਼ਾਹ ਦਾ ਆਗਮ ਨੇ ਬਹੁਤ ਵਧੀਆ ਢਾਡੀ ਕਾਲਜ ਬਣਾ ਕੇ ਦਿੱਤੇ, ਰਾਗੀਆਂ ਦੇ ਕਾਲਜ ਨੇ, ਕਥਾ ਵਾਚਕਾਂ ਦੇ ਕਾਲਜ ਨੇ, ਬੜੇ ਬੜੇ ਹੋਰ ਕਾਲਜ ਨੇ, ਲੇਕਿਨ ਢਾਡੀਆਂ ਦਾ ਪਹਿਲਾ ਕਾਲਜ ਹੈ ਜੋ ਬਣਾ ਕੇ ਦਿੱਤਾ ਹੈ। ਸਾਨੂੰ ਸਤਿਕਾਰਯੋਗ ਹੈ ਸੰਤ ਬਾਬਾ ਸ਼ਬੇਗ ਸਿੰਘ ਜੀ ਗੋਂਦੋਲੇ ਮਹਾਂਪੁਰਸ਼ਾਂ ਨੇ। ਥੋੜ੍ਹੇ ਸਮੇਂ ਤੱਕ ਉਹ ਚਾਲੂ ਹੋ ਜਾਂਦੇ ਸਾਹਮਣੇ ਮੇਰੇ ਬੈਠੇ ਨੇ, ਹਰ ਢਾਡੀ ਨੂੰ ਦਿਲੋਂ ਪਿਆਰ ਕਰਨ ਵਾਲੇ ਸਰਦਾਰ ਜੋਗਿੰਦਰ ਸਿੰਘ ਜੀ, ਸਰਦਾਰ ਇੰਦਰ ਸਿੰਘ ਜੀ ਭਰਾ ਨੇ, ਦੋਨੋਂ ਵਿਛੋੜਾ ਪੈ ਗਿਆ। ਵੇਖੋ ਹੁਕਮ ਹੈ ਗੁਰੂ ਦਾ, ਉਹਦੇ ਹੁਕਮ ਦਾ ਬੰਦਾ ਹੁੰਦਾ ਹੈ, ਹੁਕਮ ਮਾਤ ਲੋਕ ਤੋਂ ਪਰਤ ਜਾਂਦਾ ਹੈ। ਸਰਦਾਰ ਇੰਦਰ ਸਿੰਘ ਜੀ ਫਿਰੋਜ਼ਪੁਰ ਤੋਂ ਕਹਿੰਦੇ ਬਲਦੇਵ ਸਿੰਘ ਤੇਰਾ ਨਾਂ ਸੁਣਿਆ, ਮੇਰੇ ਜੀ ਕਥਾ ਹੈ, ਅਸੀਂ ਇਹਨਾਂ ਦੇ ਬੱਚੇ ਨੇ ਹੁੰਦੇ ਇਹ ਕੰਮ ਸ਼ੁਰੂ ਕੀਤਾ ਹੈ। ਇਹ ਸੀਤਲ ਜੀ ਨੂੰ, ਬੀ ਐਸ ਸਾਹਿਬ ਨੂੰ, ਦਿਲਬਰ ਸਾਹਿਬ ਨੂੰ, ਪੰਛੀ ਜੀ ਨੂੰ, ਵੱਡੇ ਵੱਡੇ ਜਥੇ ਨੂੰ ਸੁਣਦੇ ਚਾਹਵਾਨ ਰਹੇ ਨੇ, ਹਮੇਸ਼ਾ ਢਾਡੀ ਚੀਜ਼ਾਂ ਸੁਣਦੇ। ਮੈਨੂੰ ਕਹਿ ਰਹੇ ਸੀ ਕਿ ਹੁਣ ਤਾਂ ਬਹੁਤੇ ਗੀਤਾਂ ਗਾਤੇ ਗੱਲਾਂ ਨਿਕਲ ਗਈਆਂ। ਮੈਂ ਕਿਹਾ ਠੀਕ ਹੈ, ਜਿਹੜੇ ਕੱਢ ਗਿਆ ਢਾਡੀ ਕੱਢ ਗਿਆ, ਅਸੀਂ ਗੁਰੂ ਕੇ ਢਾਡੀ ਹਾਂ, ਕੋਸ਼ਿਸ਼ ਕਰਾਂਗੇ ਜੋ ਸਾਡੇ ਵੱਡੇ ਨੇ ਸਿਖਾਏ ਉਹ ਢਾਡੀ ਕਲਾ 'ਚ ਰਹਿ ਕੇ ਉੱਥੇ ਮੈਂ ਆਪਣੀ ਗੱਲ ਨੂੰ ਕੇਂਦਰਿਤ ਕਰਾਂਗਾ। ਪਰਉਪਕਾਰੀ ਪਵਿੱਤਰ ਆਤਮਾ ਸੰਤ ਬਾਬਾ ਚਰਨ ਸਿੰਘ ਜੀ ਸ਼ਹੀਦ ਵੀਰ ਸਾਹਿਬ ਵਾਲੇ, ਇਹ ਦੋ ਗੱਲਾਂ ਬਹੁਤ ਘੱਟ ਮਿਲਦੀਆਂ ਨੇ, ਸੰਤ ਵੀ ਹੋਵੇ ਤੇ ਸ਼ਹੀਦ ਵੀ ਹੋਵੇ। ਦੇਖੋ ਗੁੱਸਾ ਨਾ ਮਨਾਇਓ ਮੇਰੇ ਵੀਰੋ, ਜਿਵੇਂ ਸੜਕਾਂ ਤੇ ਢੇਰ ਲੱਗਾ ਹੁੰਦਾ ਹੈ ਪੱਥਰਾਂ ਦਾ, ਕੋਈ ਚੁੱਕ ਕੇ ਜੇਬ 'ਚ ਨਹੀਂ ਪਾਉਂਦਾ, ਸੋਨੇ ਦੀ ਨਿੱਕੀ ਜਿਹੀ ਡਲੀ ਮਿਲ ਜਾਵੇ ਤੇ ਉਹ ਵੀ ਮਿੱਟੀ ਚੁੱਕ ਕੇ ਮਨੁੱਖ ਆਪਣੀ ਜੇਬ 'ਚ ਪਾ ਲੈਂਦਾ ਹੈ। ਜਿਵੇਂ ਹਰ ਜੰਗਲ 'ਚ ਸ਼ੇਰ ਨਹੀਂ ਮਿਲਦਾ, ਹਰ ਚਾਰ ਘਾਹ ਦੇ ਅੰਦਰ ਕਦੇ ਚੰਦਨ ਦਾ ਰੁੱਖ ਨਹੀਂ ਹੁੰਦਾ, ਤੇ ਉਹ ਕਦੇ ਕਦੇ ਕੋ ਪਵਿੱਤਰ ਆਤਮਾ ਦੁਨੀਆਂ 'ਤੇ ਆਉਂਦੀ ਹੈ ਜੋ ਚਾਰ ਦਿਨ ਸੰਸਾਰ 'ਚ ਆ ਕੇ ਸੰਸਾਰ ਨੂੰ ਇੱਕ ਨਵਾਂ ਰੂਪ ਦੇ ਜਾਂਦੀ ਹੈ। ਸੰਤ ਬਾਬਾ ਚਰਨ ਸਿੰਘ ਜੀ ਮਹਾਰਾਜ ਉਹਨਾਂ ਦੇ ਨਾਂ ਦੇ ਉੱਤੇ ਸਾਹ ਦਲੇਰ ਸਿੰਘ ਜੀ ਗੱਟਾ 100 ਦਮੜਾ ਢਾਡੀ ਜਥੇ ਭੇਜਦੇ ਨੇ। ਬਾਬਾ ਗੁਰਨਾਮ ਸਿੰਘ ਜੀ ਜੋ ਉਹਨਾਂ ਤੋਂ ਬਾਅਦ ਕੌਮ ਦੀ ਸੇਵਾ ਕਰੇ, ਉਹਨਾਂ ਦੀ ਚੜ੍ਹਦੀ ਕਲਾ ਵੀ ਮਾਇਆ ਉਹਨਾਂ ਨੇ ਭੇਜੀ ਹੈ।
ਬਾਬਾ ਬਲਹਾਰ ਸਿੰਘ ਜੀ ਸਾਰਾ ਪਰਿਵਾਰ ਹੀ ਪੰਥ ਦੀ ਸੇਵਾ ਕਰਦੇ ਨੇ, ਫਿਰੋਜ਼ਪੁਰ ਤੋਂ ਆਏ ਨੇ ਪਿਆਰੇ ਛੋਟੇ ਵੀਰਾਂ ਦੇ ਨਾਲ, ਉਹਨਾਂ ਨੂੰ ਸੌ ਦਮੜਾ ਹਾਜ਼ਰ ਹੋਏ। ਵੀਰ ਨਰਿੰਦਰ ਸਿੰਘ ਜੀ ਵੇਖੋ ਬੜੀ ਔਖੀ ਕਮਾਈ ਹੈ, ਹਰ ਐਤਵਾਰ ਬੱਸਾਂ ਲੈ ਕੇ ਜਾਣਾ, ਹਰਿਮੰਦਰ ਸਾਹਿਬ ਸੇਵਾ ਕਰਨੀ, ਫਿਰ ਬਾਬਾ ਦੀਪ ਸਿੰਘ ਦੇ ਪਾਵਨ ਦਰਬਾਰ 'ਚ ਜੋੜੇ ਸੇਵਾ ਕਰਨੀ, ਲੰਗਰ ਦੀ ਸੇਵਾ ਕਰਨੀ, ਹਰ ਐਤਵਾਰ ਆਪਣਾ ਪਰਿਵਾਰ ਔਰ ਸੰਗਤ ਨਾਲ ਜਾ ਕੇ ਉਸ ਗੁਰੂ ਘਰ ਦੀ ਸੇਵਾ ਕਰਨੀ। ਉਹ ਵੀ ਆਏ ਨੇ, ਉਹਨਾਂ ਨੂੰ ਬੇਅੰਤ ਮਾਇਆ ਹਾਜ਼ਰ ਹੋਈ। ਸਟੇਜ 'ਤੇ ਜਿੰਨੇ ਪ੍ਰਬੰਧਕ ਬੈਠੇ ਆ, ਮੈਂ ਕਿਸੇ ਦਾ ਨਾਂ ਨਹੀਂ ਜਾਣਦਾ, ਲੇਕਿਨ ਸਾਰਿਆਂ ਨੂੰ ਮਾਇਆ ਹਾਜ਼ਰ ਹੋਈ ਹੈ। ਪਾਤਸ਼ਾਹ ਸਾਹਿਬ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰ, ਸਰਦਾਰ ਦਰਸ਼ਨ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੂੰ ਮਾਇਆ ਹਾਜ਼ਰ ਹੋਈ, ਸਰਦਾਰ ਹਰਭਜਨ ਸਿੰਘ ਜੀ ਥਿੰਦ ਸਾਹਿਬ, ਪੱਪੂ ਜੀ ਮੇਰਾ ਛੋਟਾ ਵੀਰ, ਨਾ ਤਾਂ ਭੁਪਿੰਦਰ ਸਿੰਘ ਨਿੱਕੇ ਹੁੰਦੇ ਪੈ ਗਿਆ ਪੱਕ ਗਿਆ, ਪੰਜਾਬ ਦੇ ਬੜੇ ਉਹਨਾਂ ਨੂੰ ਆਏ ਨੇ। ਗੁਰੂ ਦਾਤਾ ਸਾਹਿਬ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ। ਆਓ ਮੈਂ ਇੱਕ ਤਵਰੀਖ ਆਪਣਾ ਆਰੰਭ ਕਰਾਂ, ਅਤੇ ਤਵਰੀਖ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਨਮਾਣਿਆਂ ਦੇ ਮਾਣ ਸਤਿਗੁਰੂ, ਨਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓੜ ਸਤਿਗੁਰੂ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਤੀਰਿਆਂ ਦੀ ਤੇਰੇ, ਨਿਆਸਾਂ ਦੇ ਆਸਰੇ, ਜਿਸ ਗੁਰੂ ਨੇ 22 ਸਾਲ ਗੁਰੂ ਅੰਗਦ ਦੇਵ ਮਹਾਰਾਜ ਤੋਂ ਬਾਅਦ ਕੌਮ ਨੂੰ ਅਗਵਾਈ ਦਿੱਤੀ ਹੈ। 1 ਸਤੰਬਰ ਸੰਨ 1574 ਤੱਕ ਗੋਂਦਲ ਬੈਠ ਕੇ ਔਰ ਸਮੇਂ ਦੇ ਬਾਦਸ਼ਾਹ ਨੂੰ ਖਾਖਲੇ ਨਹੀਂ ਲਿਆਉਂਦਾ। ਗੁਰੂ ਹੈ, ਬਾਦਸ਼ਾਹ ਮਿਲਣ ਆਏ, ਪਹਿਲਾਂ ਲੰਗਰ ਛਕਾਇਆ ਜਾਵੇ, ਫਿਰ ਗੁਰੂ ਕੇ ਦਰਸ਼ਨ ਕੀਤੇ ਜਾਣਗੇ। ਗੁਰੂ ਕਹਿੰਦੇ ਪਹਿਲੇ ਪੰਗਤ ਪਾਸੇ ਸੰਗਤ, ਲੇਕਿਨ ਅਸੀਂ ਉਲਟਾ ਕੰਮ ਕਰ ਲਿਆ, ਐਂ ਕਹਿੰਦੇ ਪਹਿਲਾਂ ਦੀਵਾਨ ਸੋਲੋ ਜਾਣ ਲੱਗੇ ਲੰਗਰ ਛਕ ਲਵਾਂਗੇ। ਗੁਰੂ ਕੁਝ ਕਹਿੰਦਾ, ਅਸੀਂ ਕੁਝ ਕਹਿੰਦੇ। ਗੁਰੂ ਕਹਿੰਦਾ ਪਹਿਲਾਂ ਗੁਰੂ ਕਾ ਲੰਗਰ ਛਕਿਆ ਫਿਰ ਦੀਵਾਨ 'ਚ ਆ, ਅਸੀਂ ਕਹਿੰਦੇ ਨਹੀਂ ਪਹਿਲਾਂ ਦੀਵਾਨ ਸੋਲੇ ਜਾਣ ਲੱਗੇ ਲੰਗਰ ਛਕ ਕੇ ਤੁਰ ਜਾਵਾਂਗੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਦਰਬਾਰ 'ਚ ਆਏ ਆ, ਆ ਗੁਰੂ ਅੱਗੇ ਸਿਰ ਝੁਕਾਈਏ, ਅਸੀਸ ਲਈਏ ਗੁਰੂ ਦੇ ਕੋਲੋਂ, ਪਾਤਸ਼ਾਹ ਦੂਰ ਅਤੇ ਨੇੜੇ ਤੋਂ ਚੱਲ ਕੇ ਤੇਰੇ ਦਰ ਉੱਤੇ ਆਏ ਹਾਂ, ਹਾਜ਼ਰੀ ਪ੍ਰਵਾਨ ਕਰੀ, ਸਾਡਾ ਕਦਮ ਕਦਮ ਪਾਤਸ਼ਾਹ ਆਪਣੇ ਦਰ 'ਤੇ ਕਬੂਲ ਕਰ ਲਵੇ। ਔਰ ਇੱਕ ਜਕਾਰਾ ਬੁਲਾ ਕੇ ਫਿਰ ਮੈਂ ਤਵਰੀਖ ਦੀ ਇੱਕ ਲੜੀ ਆਪਣਾ ਆਰੰਭ ਕਰਦੇ। 4 ਵਜੇ ਤੱਕ ਪ੍ਰਬੰਧਕਾਂ ਨੇ ਸਮਾਂ ਦਿੱਤਾ ਹੈ, ਇੱਕ ਵਾਰ ਮੈਂ ਆਪਣੇ ਬਜ਼ੁਰਗਾਂ ਦੀ ਅਤੇ ਵਰਤਮਾਨ ਦੇ ਸ਼ੀਸ਼ੇ ਰੱਖ ਕੇ ਵੇਖਣਾ ਹੈ, ਸਾਡੇ ਪੁਰਾਤਨ ਇਤਿਹਾਸ ਸਾਡੇ ਵਰਤਮਾਨ ਨਾਲ ਕਿੰਨਾ ਕੁ ਮੇਲ ਖਾਂਦਾ ਹੈ, ਸਾਡੇ ਪੁਰਾਣੇ ਜਥੇਦਾਰ ਔਰ ਅੱਜ ਦੇ ਜਥੇ ਦੇ ਕਿੰਨਾ ਕੁ ਫਰਕ ਪੈ ਗਏ, ਉਹ ਕੌਮ ਵਾਸਤੇ ਕੀ ਸੋਚਦੇ ਰਹੇ ਔਰ ਅੱਜ ਦੇ ਵਫਾ ਅੱਜ ਦੇ ਜਥੇਦਾਰ ਕੌਮ ਵਾਸਤੇ ਕੀ ਸੋਚਦੇ ਨੇ। ਇਹ 'ਚ ਪੈਦਾ ਹੀ ਤਵਰੀਖ ਮੈਂ ਆਪਣਾ ਕਹਿਣੀ ਹੈ। ਇੱਕ ਜਕਾਰਾ ਬੁਲਾ ਕੇ ਦੂਰ ਪਿੱਛੇ ਜਿਹੜੇ ਮੇਰੇ ਵੀਰ ਬੈਠੇ, ਮੇਰੀਆਂ ਭੈਣਾਂ ਬੈਠੀਆਂ ਨੇ, ਬੇਨਤੀ ਪ੍ਰਵਾਨ ਕਰਿਓ, ਗੁਰੂ ਕਾ ਜਕਾਰਾ ਹੈ ਅਤੇ ਭਾਵੇਂ ਸਾਲ 'ਚ ਇੱਕ ਹੀ ਜਕਾਰਾ ਬੁਲਾਓ, ਪਰ ਜਦੋਂ ਪੜੋ ਕੋਈ ਮੁੜ ਕੇ ਆ ਜਾਏ ਮੰਦੇ ਨੂੰ, ਪਤਾ ਲੱਗਿਆ ਕਿ ਮੈਂ ਗੁਰੂ ਕਾ ਜਕਾਰਾ ਬੁਲਾਇਆ। ਆਓ ਜਕਾਰਾ ਬੁਲਾ ਕੇ ਆਪਣੇ ਵੱਡਿਆਂ ਦੇ ਇਤਿਹਾਸ ਮੈਂ ਆਪਣਾ ਆਰੰਭ ਕਰਦਾ। ਬੋਲੇ ਵਾਰ, ਮੈਥੋਂ ਆਪਣਾ ਆਰੰਭ ਕਰਦੇ। ਪਹਿਲੀ ਗੱਲ ਤਾਂ ਕੋਈ ਐਸਾ ਤਵਰੀਖ ਦਾ ਪੱਤਣ ਜੋ ਤੁਸੀਂ ਸੁਣਿਆ ਨਾ ਹੋ, ਸਾਰੀ ਜ਼ਿੰਦਗੀ ਤੁਹਾਡੀ ਢਾਡੀਆਂ ਕਮਿਸ਼ਨ ਸੁਣਦਿਆਂ ਲੰਘ ਗਈ, ਮੈਥੋਂ ਸਣੇ ਢਾਡੀ ਗਾ ਕੇ ਗਏ। ਅੱਜ ਮੇਰੀ ਡਿਊਟੀ ਹੈ, ਮੈਂ ਆਪਣੇ ਵੱਡਿਆਂ ਦੇ ਇਤਿਹਾਸ ਕਹਿਣ ਉੱਤੇ ਹਾਜ਼ਰ ਹੋਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਹੋਏ, ਦੂਰ ਸਿਆਲਕੋਟ ਤੋਂ ਸੰਗਤ ਆਈ ਹੈ, ਜਥਾ ਸ਼ਤ ਭੇਟਾਂ ਰੱਖੀਏ, ਤੇ ਇੱਕ ਜੋੜੇ ਨੇ ਖਲੋ ਕੇ ਆਖਿਆ, ਗਰੀਬ ਨੂੰ ਆਈ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਕਈ ਸਾਲ ਸ਼ਾਦੀ ਨੂੰ ਬਤੀਤ ਹੋ ਗਏ ਨੇ, ਪਾਤਸ਼ਾਹ ਔਲਾਦ ਨਹੀਂ ਪੈਦਾ ਹੋ, ਔਲਾਦ ਨਹੀਂ ਹੋ, ਹਰ ਮਨੁੱਖ ਚਾਹੁੰਦਾ ਉਹਦੀ ਔਲਾਦ ਹੋਵੇ, ਉਹਦੀ ਪੀੜ੍ਹੀ ਅੱਗੇ ਚੱਲੇ। ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਹੀਏ, ਵਧੀ ਵੇਲ ਬਹੁ ਪੀੜ੍ਹੀ ਚਾਲੀ, ਇਸ ਸੰਸਾਰ 'ਚ ਪੁੱਤਰ ਪੀੜ੍ਹੀ ਅੱਗੇ ਤੁਰਦੀ ਹੈ।
ਬੇਨਤੀ ਕੀਤੀ ਗਰੀਬ ਹੋਏ ਪਾਤਸ਼ਾਹ ਮਹਾਰਾਜ ਸਾਡੇ ਘਰ ਚ ਔਲਾਦ ਨਹੀਂ ਹੈ, ਕਿਰਪਾ ਕਰੋ ਸਾਡੀ ਝੋਲੀ ਚ ਇੱਕ ਪੁੱਤ ਦੀ ਦਾਤ ਪਾ ਦਿਓ। ਮੇਰਾ ਦੇ ਮਾਲਕ ਮੇਰਾ ਜਾਣ ਕੇ ਕਹਿ ਲੱਗੇ ਭਾਈ ਬਾਣੀ ਜਿੰਨੀ ਵੱਡੀ ਪੜੋਗੇ, ਜਿੰਨਾ ਜ਼ਿਆਦਾ ਨਾਮ ਜਪੋਗੇ, ਜਿੰਨੀ ਵੱਡੀ ਕਮਾਈ ਕਰੋਗੇ, ਜਿੰਨੀ ਵੱਡੀ ਬੰਦਗੀ ਕਰੋਗੇ, ਗੁਰੂ ਨਾਨਕ ਕਿਰਪਾ ਕਰੇਗਾ, ਉਹਦਾ ਮਹਾਬਲੀ ਪੁੱਤ ਆਪਦੇ ਘਰ ਚ ਪੈਦਾ ਹੋਵੇਗਾ। ਸਮਾਂ ਆਇਆ, ਬਾਜੜੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਤੇ ਠੀਕ 10 ਸਾਲ ਬਾਅਦ 1718 ਈਸਵੀ ਸਿਆਲਕੋਟ ਦਾ ਇਲਾਕਾ ਰਾਵੀ ਦਰਿਆ ਦਾ ਕਿਨਾਰਾ ਤੇ ਰਾਵੀ ਦੇ ਕੰਢੇ ਵਸਿਆ ਇੱਕ ਪਿੰਡ ਆਲੂ ਦੇ ਅੰਦਰ ਸਰਦਾਰ ਬਦਲ ਸਿੰਘ ਘਰ ਇੱਕ ਪੁੱਤ ਨੇ ਜਨਮ ਲਿਆ ਜਿਹਦਾ ਨਾਂ ਉਹਨੇ ਜਸਾ ਸਿੰਘ ਰੱਖਿਆ। 5 ਸਾਲ ਦੀ ਉਮਰ ਹੋਈ, ਬਾਪੂ ਰੱਬ ਨੂੰ ਪਿਆਰਾ ਹੋ ਗਿਆ। ਹੁਣ ਦੋਨੋਂ ਭੈਣ ਭਰਾ ਤੁਰੇ ਨੇ ਤੇ ਦਿੱਲੀ ਮਾਤਾ ਸੁੰਦਰੀ ਜੀ ਦੇ ਕੋਲ ਪਹੁੰਚੇ। ਮੈਂ ਹੱਥ ਜੋੜ ਕੇ ਬੇਨਤੀ ਇੱਕ ਕਰ ਲਵਾਂ, ਮੈਂ ਇਤਿਹਾਸ ਪੜ੍ਹਦਾ ਹਾਂ, ਮੈਂ ਜਿੰਨਾ ਹੀ ਮਾਤਾ ਸੁੰਦਰੀ ਜੀ ਦੇ ਬੜੇ ਪੜ੍ਹਿਆ ਉਹਨੇ ਇਹੀ ਲਿਖੇ ਮਾਤਾ ਸੁੰਦਰੀ ਜੀ ਜਿੰਨੀਆਂ ਬੰਦਾ ਸਿੰਘ ਚਿੱਠੀਆਂ, ਜਿੰਨੀਆਂ ਮਣੀ ਸਿੰਘ ਚਿੱਠੀਆਂ ਮਾਤਾ ਜੀ ਦਿੱਲੀ ਤੋਂ ਲਿਖਦੇ ਉਹ ਤੇ ਲਿਖਿਆ ਜਾਂਦਾ ਮਾਤਾ ਸੁੰਦਰੀ ਜੀ। ਅੱਜ ਅਸੀਂ ਮਾਤਾ ਸੁੰਦਰ ਕੌਰ ਕਹਿਣ ਲੱਗ ਪਏ, ਪਤਾ ਕਿੱਥੋਂ ਆ ਗਏ ਇੱਥੇ ਸ਼ਬਦ। ਜਦੋਂ ਮਾਤਾ ਜੀ ਆਪ ਲਿਖਦੇ ਮਾਤਾ ਸੁੰਦਰੀ, ਫਿਰ ਸਾਨੂੰ ਕੋਈ ਹੱਕ ਨਹੀਂ ਤਾਰੀਖ ਵਿਗਾੜਨ ਦਾ, ਆਪਣੀ ਮਰਜ਼ੀ ਨਾਲ ਵਿਗਾੜੀ ਜਾਂਦੀ ਹੈ। ਇਹ ਦੋਨੋਂ ਭੈਣ ਭਰਾ ਬੱਚਾ ਲੈ ਕੇ ਦਿੱਲੀ ਦਰਬਾਰ ਪਹੁੰਚੇ, ਮਾਤਾ ਜੀ ਨੂੰ ਸਾਰੀ ਗੱਲ ਸੁਣੀ, ਮਾਤਾ ਜੀ ਇਹ ਗੁਰੂ ਦੇ ਸਿੰਘ ਸਾਹਿਬ ਜ਼ਿਆਦਾ ਪੈਦਾ ਹੋਏ, ਇਹਦਾ ਬਾਪ ਗੁਜਰ ਗਿਆ। ਮਾਤਾ ਜੀ ਨੇ ਬੱਚੇ ਨੂੰ ਪਾਲਿਆ ਆਪਣੇ ਪੁੱਤਾਂ ਦੇ ਵਾਂਗ, ਫਿਰ ਉਹਨੂੰ ਉਰਦੂ ਸਿਖਾਇਆ, ਫਾਰਸੀ ਪੜ੍ਹਾਈ, ਘੋੜ ਸਵਾਰੀ ਸਿਖਾਈ, ਨੇਜਾਬਾਜੀ ਸਿਖਾਈ, ਜੋਤਿਸ਼ ਗਣਿਤ ਹਿਕਮਤ ਸਤਿਗੁਰੂ ਗੁਰੂ ਗ੍ਰੰਥ ਮਹਾਰਾਜ ਦੀ ਸੰਥਾ ਦਿੱਤੀ ਗਈ। ਬੱਚੇ ਦੀ ਉਮਰ 13 ਸਾਲ ਹੋ ਗਈ, 13 ਸਾਲ। ਹੁਣ ਮਾਤਾ ਸੁੰਦਰੀ ਜੀ ਇੱਕ ਚਿੱਠੀ ਦਿੱਤੀ ਕਿ ਭੈਣ ਜੀ ਆਹ ਚਿੱਠੀ ਲੈ ਜਾਓ ਤੇ ਕੌਮ ਦਾ ਜਥਾ ਕਪੂਰ ਸਿੰਘ ਜਾ ਕੇ ਮੇਰੀ ਚਿੱਠੀ ਦੇ ਦੇਣੀ। ਕਪੂਰ ਸਿੰਘ ਜਿਹਨੂੰ ਅਸੀਂ ਨਵਾਬ ਕਪੂਰ ਸਿੰਘ ਕਹਿੰਦੇ, ਉਹਦਾ ਪਹਿਲਾਂ ਦਾ ਕਪੂਰ ਸਿੰਘ। ਦੋਨੋਂ ਮਾਂ ਪੁੱਤ ਦਿੱਲੀ ਤੋਂ ਤੁਰੇ ਨੇ, ਜਲੰਧਰ ਲੰਘੇ ਨੇ, ਅੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਨਗਰੀ ਕਰਤਾਰਪੁਰ ਆ ਗਈ, ਜਿੱਥੇ 6 ਪਾਤਸ਼ਾਹ ਪੈਂਦੇ ਅੱਖਾਂ ਨੂੰ ਮਾਰੀ, ਜਿੱਥੇ 9ਵੇਂ ਪਾਤਸ਼ਾਹ ਮਾਤੇ ਸਹੁਰੇ ਘਰ ਬਣੇ, ਮਾਤਾ ਗੁਜਰੀ ਜੀ ਦਾ ਪਿੰਡ। ਕਰਤਾਰਪੁਰ ਪੰਥ ਦਾ ਦਰਬਾਰ ਲੱਗਾ ਹੋਏ, ਜਿਤਨਾ ਗੁਰੂ ਅਰਜਨ ਦੇਵ ਪਾਤਸ਼ਾਹ ਦਰਬਾਰਾਂ ਸਾਦੇ, ਇਤਨਾ ਕਰਤਾਰਪੁਰ ਦੀ ਧਰਤੀ ਉੱਤੇ ਕੌਮ ਦੇ ਜੱਥੇ ਦਾ ਦਰਬਾਰ ਲੱਗਾ ਹੋਏ, ਗੁਰੂ ਕੇ ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਪੰਥਾ ਜੱਥਾ ਸਾਹਿਬ ਬੈਠਾ ਹੈ, ਖਾਲਸਾ ਪੰਥ ਦੀਆਂ ਫੌਜਾਂ ਬੈਠੀਆਂ। ਮਾਂ ਪੁੱਤ ਨੇ ਗੁਰੂ ਗ੍ਰੰਥ ਮਾਤੇ ਆਣ ਕੇ ਮੱਥਾ ਟੇਕਿਆ ਤੇ ਹੱਥ ਜੁੜ ਕੇ ਬੇਨਤੀ ਕੀਤੀ, ਸਿੰਘ ਸਾਹਿਬ ਜੇ ਆਪ ਆਗਿਆ ਦਿਓ ਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਸੀਂ ਮਾਂ ਪੁੱਤ ਸ਼ਬਦ ਪੜ੍ਹਨਾ ਚਾਹੁੰਦੇ ਹਾਂ, ਸ਼ਬਦ ਪੜ੍ਹਨਾ ਚਾਹੁੰਦੇ। ਸਰਦਾਰ ਕਪੂਰ ਸਿੰਘ ਕਹਿਣ ਲੱਗੇ ਠੀਕ ਹੈ ਬੇਟਾ, ਆ ਗਏ, ਆ ਸਦੀ ਵਾਰ ਦੀ ਕੀਰਤਨ ਸਮਾਪਤੀ ਹੋਵੇਗੀ, ਇੱਕ ਸ਼ਬਦ ਤੋਂ ਸਭਾ ਚ ਪੜ੍ਹ ਲੈਣਾ ਤੇ ਸਰੰਦਾ ਲੈ ਕੇ ਸਰੰਦਾ। 13 ਸਾਲ ਦਾ ਜਸਾ ਸਿੰਘ ਬੈਠ ਗਿਆ ਕੋਲ, ਉਹਦੀ ਮਾਂ ਬੈਠ ਗਈ ਤੇ ਇਹਨਾਂ ਭਿੱਜ ਕੇ ਮਾਂ ਪੁੱਤਾਂ ਨੇ ਸ਼ਬਦ ਗਾਏ ਕਿ ਕਪੂਰ ਸਿੰਘ ਉੱਠ ਕੇ ਬੱਚੇ ਨੂੰ ਗਲਵਕੜੀ ਪਾ ਕੇ ਆਖਿਆ ਬੇਟਾ ਕਿੱਥੋਂ ਆਏ ਹੋ, ਕਿੱਥੇ ਚੱਲੇ ਹੋ, ਕਿਹੜਾ ਪਰਿਵਾਰ ਹੈ। ਤੇ ਮਾਂ ਨੇ ਜੇਬ ਚੋਂ ਚਿੱਠੀ ਕਰਕੇ ਆਖਿਆ ਸਿੰਘ ਸਾਹਿਬ ਆਹ ਮਾਤਾ ਸੁੰਦਰੀ ਨੇ ਚਿੱਠੀ ਦਿੱਤੀ ਹੈ ਤੁਹਾਡੇ ਨਾਂ ਦੀ, ਇਹ ਤੁਹਾਡੇ ਦਰਬਾਰ 'ਚ ਆਇਆ, ਆਹ ਇੱਕ ਗੁਰਜ ਦਿੱਤਾ ਹੈ ਮਾਤਾ ਜੀ ਨੇ, ਇਹ ਬਖਸ਼ਾਂ ਦੇ ਕੇ ਸਾਨੂੰ ਦਿੱਲੀ 'ਚੋਂ ਮਾਤਾ ਸੁੰਦਰੀ ਜੀ ਨੇ ਤੋਰੀ। ਫਿਰ ਨਵਾਬ ਕਪੂਰ ਸਿੰਘ ਨੇ ਆਪਣੇ ਕੋਲ ਰੱਖਿਆ, ਜੰਗ ਦਾ ਹਰ ਤਰੀਕਾ ਸਿਖਾਇਆ ਗਿਆ। ਹੁਣ ਨਿਹੰਗ ਸਿੰਘ ਆਉਣ ਝੇਡਾਂ ਕਰ, ਜੋ ਆਪਾਂ ਕਹਿੰਦੇ ਮਖੌਲ ਟੀਚਰ ਕਰਨੀ। ਨਵਾਬ ਕਪੂਰ ਸਿੰਘ ਨੇ ਡਿਊਟੀ ਲਾ ਦਿੱਤੀ ਕਿ ਸਿੱਖਾਂ ਦੇ ਘੋੜਿਆਂ ਤੁਸੀਂ ਦਾਣਾ ਵੰਡਿਆ ਕਰਨਾ, ਬਰਖ ਦਾ ਦਾਣਾ ਵੰਡਿਆ ਕਰਨਾ।
ਹੁਣ ਇਹ ਸਿੱਧੇ ਸਾਦੇ ਨਿਹੰਗ ਸਿੰਘ ਗੁਰਮੁਖੀ ਪੜ੍ਹੇ, ਇਹ ਦਿੱਲੀ 'ਚ ਬ੍ਰਿਜ ਭਾਸ਼ਾ ਪੜ੍ਹੀਏ, ਫਾਰਸੀ ਪੜ੍ਹੀਏ, ਉਰਦੂ ਪੜ੍ਹਿਆ, ਇਹ ਕਰੇ ਹਮਕੋ ਤੁਮਕੋ, ਤੁਮਕੋ ਦਾਣਾ ਮਿਲ ਗਿਆ ਹਮਕੋ ਦੇ ਦਿਆ, ਐਸਾ ਕਰੇ ਨਿਹੰਗ ਸਿੰਘ ਨੇ ਸ਼ੇਰ ਪਾ ਦਿੱਤੀ ਹਮਕੋ ਤੁਮਕੋ ਹਮਕੋ ਤੁਮਕੋ। ਅਤੇ ਇੱਕ ਦਿਨ ਬਾਟਾ ਉਠਾ ਕੇ ਅਤੇ ਨਵਾਬ ਦੇ ਪ੍ਰੰਤ ਰੱਖ ਕੇ ਕਹਿਣ ਲੱਗਾ, ਪਿਤਾ ਜੀ ਮੈਂ ਅੱਜ ਤੋਂ ਬਾਅਦ ਸਿੰਘਾਂ ਦੇ ਘੋੜਿਓਂ ਦਾਣਾ ਨਹੀਂ ਵੰਡਾਂਗਾ, ਨਾਲੇ ਬਾਟਾ ਭਰ ਕੇ ਦਾਣਾ ਲੈ ਜਾਂਦੇ ਨਿਹੰਗ ਸਿੰਘ, ਤੇ ਜਾਣ ਲੱਗਿਆ ਮੇਰੀ ਇੱਕ ਛੇੜ ਪਾ ਦਿੱਤੀ ਹੈ ਹਮਕੋ ਤੁਮਕੋ ਹਮਕੋ ਤੁਮਕੋ ਕਰਕੇ ਮਖੌਲ ਕਰਦੇ ਨੇ। ਐਂ ਦਰਬਾਰ ਲੱਗਾ ਨਵਾਬ ਕਪੂਰ ਸਿੰਘ ਜੀ ਦਾ, ਤੇ ਘੁੱਟ ਕੇ ਕਲੇਜਾ ਲਾ ਕੇ ਜਿਹੜੇ ਨਵਾਬ ਨੇ ਗੱਲ ਕਹੀ ਇਹ ਯਾਦ ਰੱਖਣ ਵਾਲੀ ਹੈ, ਕਹਿ ਲੱਗਾ ਬੇਟਾ ਇਹ ਪੰਥ ਬੜਾ ਦਇਆਵਾਨ ਹੈ, ਇਹ ਪੰਥ ਗੁਰੂ ਗੋਬਿੰਦ ਸਾਹਿਬ ਦੂਜਾ ਰੂਪ ਹੈ, ਪੰਥ ਬਖਸ਼ਿਸ਼ਾਂ ਭਰਿਆ ਹੈ, ਪੰਥ ਦਇਆਵਾਨ ਪੰਥ ਮਹਾਨ ਹੈ। ਉਹ ਬੇਟਾ ਮੇਰਾ ਵੱਲ ਵੇਖ, ਮੇਰੇ ਵੱਲ, ਮੈਂ ਇਹਨਾਂ ਸਿੰਘ ਦੇ ਘੋੜੇ ਨੂੰ ਘਾਹ ਖੋਦ ਕੇ ਪਾਉਂਦਾ ਸੀ ਤੇ ਕੌਮ ਨੇ ਐਡੀ ਵੱਡੀ ਮੇਰੇ 'ਤੇ ਦਇਆ ਕੀਤੀ ਕਿ ਮੈਂ ਘੋੜੇ ਨੂੰ ਇਹਨਾਂ ਲੇਧਾ ਟਾਵਾਂ, ਇਹਨਾਂ ਘੋੜੇ ਨੂੰ ਕਹਾ ਪਾਵਾਂ, ਤੇ ਇਹਨਾਂ ਬੇਟੇ ਮੈਨੂੰ ਨਵਾਬੀ ਦੇ ਦਿੱਤੀ ਹੈ, ਨਵਾਬੀ। ਮੈਂ ਸਿੱਖ ਦੇ ਘੋੜੇ ਨੂੰ ਦਾਣਾ ਨਹੀਂ ਸੀ ਪਾਉਂਦਾ, ਮੈਂ ਕਹਾ ਪਾਉਂਦਾ ਸੀ ਤੇ ਘੋੜੇ ਇੱਥੋਂ ਲਿੱਦ ਚੁੱਕਦਾ ਸੀ, ਇਸ ਕੌਮ ਨੇ ਮੈਨੂੰ ਨਵਾਬੀ ਦੇ ਦਿੱਤੀ ਹੈ, ਨਵਾਬੀ। ਜੱਸਾ ਸਿੰਘਾ ਜੇ ਮੈਂ ਕਹਾ ਪਾਵਾਂ ਇਹ ਨਵਾਬੀ ਦਿੰਦੇ ਨੇ, ਤੂੰ ਦਾਣੇ ਪਾਉਂਦਾ ਏ, ਇੱਕ ਦਿਨ ਆਵੇਗਾ ਜਿਸ ਦਿਨ ਤੈਨੂੰ ਕੌਮ ਲਾਹੌਰ ਦੀ ਬਾਦਸ਼ਾਹ ਬਣਾ ਦੇਵੇਗੀ, ਬਾਦਸ਼ਾਹ ਬਣਾ ਦੇਵੇ, ਤੇ ਪੰਥ ਪ੍ਰਵਾਨ ਕਰਦਾ ਏ ਕਿ ਨਵਾਬ ਕਪੂਰ ਸਿੰਘ ਜਮਾਤ ਚੋਂ ਨਿਕਲਿਆ ਸ਼ਦ ਪੱਥਰ ਤੇ ਲੀ ਕੇ। ਬਸ ਕੌਮ ਨੇ ਉਸ ਤੋਂ ਜੱਸਾ ਸਿੰਘ ਬਾਦਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਆਇਆ 1761 ਦੀ ਦੀਵਾਲੀ, ਹਰਿਮੰਦਰ ਸਾਹਿਬ ਕੌਮ ਦਾ ਗੁਰਮਤਾ ਹੋਇਆ ਤੇ ਕੌਮ ਦੇ ਗੈਰਾਂ ਅਨੁਸਾਰ ਰਲ ਕੇ ਜੱਸਾ ਸਿੰਘ ਸੁਲਤਾਨਾ ਕੌਮ ਦਾ ਖਿਤਾਬ ਦੇ ਕੇ ਪੰਜਾਬ ਦਾ ਬਾਦਸ਼ਾਹ ਐਲਾਨ ਕਰ ਦਿੱਤਾ। ਤਲਵਾਰ ਲੈ ਕੇ ਜੱਸਾ ਸਿੰਘ ਲਾਹੌਰ ਤੇ ਚੜਿਆ, ਅਭੈ ਸਿੰਘ ਕਿਲ੍ਹਾ ਬੰਦ ਹੋ ਕੇ ਬੈਠ ਗਿਆ, ਹੁਣ ਕਿਲ੍ਹੇ ਉੱਤੇ ਬੈਦ ਖਾਂ ਦਾ ਕਬਜ਼ਾ, ਸ਼ਹਿਰ ਤੇ ਜੱਸਾ ਸਿੰਘ ਆਲੂਵਾਲੀ ਦਾ ਕਬਜ਼ਾ, ਸਿੱਖਿਆ ਗੁਰੂ ਦੇ ਨਾਂ ਦੇ ਢਾਲੇ ਗਏ, ਮੋਹਰਾ ਗੁਰੂ ਦੇ ਨਾਂ ਦੀਆਂ ਢਾਲੀਆਂ ਗਈਆਂ। ਜੱਸਾ ਸਿੰਘ ਪਿੱਛੇ ਹਟਿਆ, ਸਿਆਲਕੋਟ ਦਾ ਹਾਕਾ ਮਾਰਿਆ, ਦਰਿਆ ਬਿਆਸਾ ਟੱਪ ਕੇ ਸ਼ਹਾਦਤ ਖਾਂ ਚਾਰ ਮਾਹਲ ਤੋਂ ਬਾਅਦ ਫਿਰ ਦੁਆਬੇ ਦਾ ਹਾਕਮ ਕਤਲ ਕੀਤਾ, ਮੁਲਤਾਨ ਨੂੰ ਜਾ ਕੇ ਹੱਲਾ ਬੋਲਿਆ, ਤੇ ਅਹਿਮਦ ਸ਼ਾਹ ਦਾਲੀ ਦਾ ਚਾਚਾ ਬੁਲੰਦ ਖਾਨ ਉਹ ਮੁਲਤਾਨ ਛੱਡ ਕੇ ਕਾਬਲ ਕੰਧਾਰ ਨੂੰ ਦੌੜ ਗਿਆ। ਇੱਥੋਂ ਸਿੱਖ ਪਿੱਛੇ ਹਟੇ, ਉਹਨਾਂ ਆਠ ਜੰਡਾਲੇ ਗੁਰੂ ਘੇਰਾ ਪੱਤਿਆ ਤੇ ਮਹੰਤ ਅਕਲਦਾਸ ਉਹਨੇ ਗਾਵਾਂ ਵੱਢ ਕੇ ਤੇ ਉਹਨਾਂ ਸਿਰ ਤੇ ਲੱਤਾਂ ਕਿਲੇ ਚਾਰ ਦਿਨ ਉੱਤੇ ਟੰਗ ਦਿੱਤੀਆਂ। ਸਿੱਖ ਨੇ ਘੇਰਾ ਉਠਾਇਆ, ਬਿਆਸਾ ਤੋਂ ਪਾਰ ਚਲੇ ਗਏ। ਹੁਣ ਇਹ ਮਾਰੂ ਖਬਰਾਂ ਕਿ ਸਿੱਖਾਂ ਨੇ ਆਪਣਾ ਬਾਦਸ਼ਾਹ ਥਾਪ ਲਿਆ, ਸਿੱਖਾਂ ਨੇ ਆਪਣੇ ਸਿੱਕੇ ਜਾਰੀ ਕਰ ਦਿੱਤੇ ਨੇ, ਸਿੱਖਾਂ ਲਾਹੌਰ ਚੜ ਕੇ ਕਬਜ਼ਾ ਜਮਾ ਦਿੱਤਾ ਹੈ। ਇਹਨੂੰ ਸਣ ਕੱਪੜੀਆਂ ਅਹਿਮਦ ਸ਼ਾਹ ਦਾਲੀ ਨੂੰ ਅੱਗ ਲੱਗ ਗਈ, ਉਹਨੇ ਕਿਹਾ ਆਪਣਾ ਨਾਮ ਅਲ ਜਰਨੈਲ ਜਰਨੈਲ ਨੂਰ ਦੀ ਨੂੰ ਚੜਾਇਆ, ਜਿਸ ਸਮੇਂ ਤਨਾਅ ਦਿਆ ਤੋਂ ਜਰਨੈਲ ਅੱਗੇ ਵਧਿਆ, ਸਰਦਾਰ ਚੜ ਸਿੰਘ ਆਣ ਕੇ ਰਾਹ ਰੋਕਿਆ ਤੇ ਨੂਰ ਦੀ ਡਰਦਾ ਸਿੱਖ ਦੇ ਕੋਲੋਂ ਤਨਾਅ ਦੇ ਕੰਢੇ ਕੰਢੇ ਪੈ ਕੇ ਜੰਮੂ ਨੂੰ ਦੌੜ ਗਿਆ। ਇਹਨੇ ਹੋਰ ਅੱਗ ਲਾ ਦਿੱਤੀ ਕਿ ਨੂਰ ਦਿਨ ਹਾਰ ਗਿਆ ਹੈ ਤੇ ਸਿੱਖਾਂ ਨੇ ਮੇਰੇ ਜਰਨੈਲ ਨੂੰ ਮੈਦਾਨ ਚੋਂ ਭਜਾ ਦਿੱਤਾ ਹੈ। ਡੇਢ ਲੱਖ ਫੌਜ ਇਕੱਠੀ ਕੀਤੀ, ਡੇਢ ਲੱਖ ਕੋਈ ਛੋਟੀ ਜਿਹੀ ਗਿਣਤੀ ਨਹੀਂ ਹੈ ਮੇਰੇ ਵੀਰੋਏ, 3.5 ਲੱਖ ਮਰਾਠੇ ਨਾਲ ਅਬਦਾਲੀ ਲੜਦੇ, 3.5 ਲੱਖ ਮਰਾਠੇ ਨਾਲ, ਤੇ ਗਿਣਤੀ ਕੇਵਲ 1.25 ਲੱਖ ਆਦਮੀ ਦੀ ਹੈ, 1.25 ਲੱਖ ਬੰਦਾ, 3.5 ਲੱਖ ਮਰਾਠਾ। ਲੇਖਾ ਜੇ ਤੇਰੇ ਵੱਡਿਆਂ ਤੇ ਨੇ ਹਮਲਾ ਬੋਲਣੇ, ਤੇਰੇ ਵੱਡਿਆਂ ਦੇ ਉੱਤੇ, ਸਾਡੇ ਵੱਡਿਆਂ ਦੇ ਉੱਤੇ, ਤੇ ਗਿਣਤੀ ਕਿੰਨੀ ਹੈ? 1.5 ਲੱਖ ਜੰਗੀ ਫੌਜ, 1.5 ਲੱਖ ਕਾਬਲ ਦੇ ਕਿਲ੍ਹੇ 'ਚ ਖਲੋ ਕੇ ਪਹਿਲਾਂ ਪੈਦੀ ਨਮਾਜ਼ ਪੜ੍ਹ ਕੇ ਤੇ ਕਸਮ ਉਠਾ ਕੇ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਤੇਰੇ ਵੱਡੇ ਨੂੰ ਮਰ ਮਿਟਾਉਣ ਵਾਸਤੇ ਫਿਰ ਆਪਣੇ ਖੁਦਾ ਦੀ, ਆਪਣੇ ਪੈਗੰਬਰ ਦੀ, ਆਪਣੇ ਰਸੂਲ ਦੀ ਸਹੁੰ ਖਾ ਕੇ ਸਿੱਖਾਂ ਤੇਰੇ ਵੱਡੇ ਉੱਤੇ ਚੜਾਈ ਦਾ ਹੁਕਮ ਦਿੰਦਾ ਹੈ। ਇਹਨੂੰ ਕਹਿੰਦਾ ਵੱਡਾ ਘੱਲੂਘਾਰਾ, ਜਿਸ ਦਿਨ ਸਾਡਾ 35,000 ਖਾਲਸਾ ਇੱਕ ਦਿਨ ਤਲਵਾਰ ਦੀ ਧਾਰ ਦੇ ਪਾਰ ਲੰਘ ਗਿਆ,
ਉਹਦਾ ਮੁੱਢ ਕਿਵੇਂ ਵੱਜੇ ਸਰਵਣ ਕਰਿਓ ਕਿ 1.5 ਲੱਖ ਫੌਜ ਸਾਹਮਣੇ ਖਲੋਕੇ ਦਰਾਂ ਨੇ ਅਹਿਮਦ ਸ਼ਾਹ ਦਿਲ ਇੱਕ ਪ੍ਰਤੀਗਿਆ ਕਰ ਸ਼ਾਹ ਕਾਬਲੀ ਕਾਬਲੀ ਕਰ ਖਲੀਆਂ ਬਾਵਾ ਗੁੱਸੇ ਵਿੱਚ ਸ਼ਾਹ ਕਾਬਲੀ ਕਾਬਲੀ ਕਰ ਖਲੀਆਂ ਬਾਵਾ ਕਹਿੰਦਾ ਕਸਮ ਰਸੂਲ ਦੀ ਰਸੂਲ ਦੀ ਸੌ ਚੁੜੀ ਚ ਖਾਵਾ ਕਸਮ ਰਸੂਲ ਦੀ ਰਸੂਲ ਦੀ ਸਾ ਚੁੜੀ ਚ ਖਾਵਾ ਲੁੱਟਾ ਦੇਸ਼ ਪੰਜਾਬ ਦਾ ਪੰਜਾਬ ਦਾ ਅੱਗ ਕਰ ਕਰ ਲਾਵਾ ਲੁੱਟਾ ਦੇਸ਼ ਪੰਜਾਬ ਦਾ ਪੰਜਾਬ ਦਾ ਅੱਗ ਕਰ ਕਰ ਲਾਵਾ ਰੰਗਤ ਦੇਵਾ ਖੂਨ ਦੀ ਪੰਜਾਬ ਦਰਿਆਵਾ ਦੇਵਾ ਖੂਨ ਦੀ ਖੂਨ ਦੀ ਪੰਜਾਂ ਦਰਿਆਵਾਂ ਡੱਜ ਪਿਆਸੀ ਦਿਲ ਦੀ ਦੇਗ ਦੀ ਉਹ ਰੱਤ ਨਾਲ ਬਜਾਵਾਂ Thank you.
ਮੈਂ ਢੰਜ ਪਿਆਸੀ ਦੇਖਦੀ ਦੇਖਦੀ ਰੱਤ ਨਾਲ ਬਜਾਵਾਂ ਪਿਆਸੀ ਦੇਖਦੀ ਦੇਖਦੀ ਰੱਤ ਨਾਲ ਬਜਾਵਾਂ ਮੈਂ ਚੁਣ ਚੁਣ ਮਾਰਾ ਯੋਧਿਆ ਯੋਧਿਆ ਨੱਥ ਸ਼ੇਰਾ ਪਾਵਾਂ Thank you.
ਕੁੱਪੇ ਦੱਬ ਬਰੂਦ ਦੇ ਬਰੂਦ ਦੇ ਹਰ ਮੰਦਰ ਢਾਵਾ ਜੇ ਨਾਮ ਨਿਸ਼ਾਨ ਨਾ ਸਿੱਖ ਦਾ ਸਿੱਖ ਦਾ ਹਿੰਦ ਵਿੱਚੋਂ ਮਟਾਵਾ ਨਿਸ਼ਾਨ ਨਾ ਸਿੱਖ ਦਾ ਸਿੱਖ ਹਿੰਦ ਵਿੱਚੋਂ ਮਟਾਵਾ ਕਾਫਰ ਹੋ ਕੇ ਬਰਾਬਰ ਬਰਾਬਰ ਦੋਜਕ ਵਿੱਚ ਜਾਵਾ ਦੋਜਕ ਵਿੱਚ ਜਾਵਾ ਗੁੱਸੇ ਵਿੱਚ ਸ਼ਾਹ ਕਾਬਲੀ ਕਰ ਖਲੀਆਂ ਬਾਹਾਂ ਕਹਿੰਦਾ ਕਸਮ ਰਸੂਲ ਦੀ ਸੌ ਜੁੜੀ ਚ ਖਾਵਾਂ ਬੜੀ ਡੂੰਘੀ ਗੱਲ ਹੈ ਧਿਆਨ ਰੱਖਿਓ ਮੇਰੇ ਵੀਰੋ 11 ਵਾਰ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਤੇ ਛੱਡ ਕੇ 11 ਹਮਲੇ ਉਹਨੇ ਕੀਤੇ ਪਹਿਲੀ ਵਾਰ ਨਾਦਰ ਦੇ ਮਤਹਿਤ ਹੈ ਨਾਦਰ ਹਰਾਤ ਦੇ ਮੁਕਾਮ ਤੇ ਕਤਲ ਹੋ ਗਏ ਇਹਨੇ ਫੌਜ ਤੇ ਕਬਜ਼ਾ ਕੀਤਾ ਹਿੰਦੁਸਤਾਨ ਤੇ ਚੜ੍ਹ ਕੇ ਆ ਗਿਆ ਲੇਕਿਨ ਹਾਰ ਗਿਆ ਪਹਿਲੀ ਜੰਗ ਅਹਿਮਦ ਸ਼ਾਹ ਅਬਦਾਲੀ ਹਾਰ ਗਿਆ ਮੀਰ ਮੰਨੂ ਦੇ ਬਾਪ ਕਮਰੂਦੀਨ ਦੇ ਭਾਵੇਂ ਕਮਰੂਦੀਨ ਮੈਦਾਨੇ ਜੰਗ ਚ ਮਾਰਿਆ ਗਿਆ ਲੇਕਿਨ ਯੋਰਨਾ ਮੀਰ ਮੰਨੂ ਲੜਿਆ ਕਿ ਅਹਿਮਦ ਸ਼ਾਹ ਅਬਦਾਲੀ ਮੈਦਾਨ ਛੱਡ ਕੇ ਕਾਬਲ ਨੂੰ ਦੌੜ ਗਿਆ ਪਹਿਲੀ ਜੰਗ ਚ ਹਾਰ ਕੇ ਅਹਿਮਦ ਸ਼ਾਹ ਅਬਦਾਲੀ ਭੱਜਾ ਹਾਰ ਕੇ ਭੱਜਾ ਫਿਰ ਦੂਜੀ ਵਾਰ ਚੜ੍ਹ ਕੇ ਆਇਆ ਸਿਆਲਕੋਟ ਆਣ ਕੇ ਬੈਠ ਗਿਆ ਸਿਆਲਕੋਟ ਗੁਜਰਾਤ ਸਰੂਰ ਔਰੰਗਾਬਾਦ ਚਾਰ ਡਿਵੀਜ਼ਨ ਦਿੱਲੀ ਨਾਲ ਤੋੜ ਕੇ ਇਹ ਦਿੱਲੀ ਨੂੰ ਮਾਮਲਾ ਦੇਣ ਦੇ ਉੱਧਰੋਂ ਬੰਦ ਕਰਕੇ ਕਾਬਲ ਨੂੰ ਦੇਣਾ ਕਰ ਦਿੱਤਾ ਗਿਆ ਇਹ ਚਾਰ ਮਹਾਲ ਆਪਣੇ ਮਤਹਿਤ ਕਰਕੇ ਅਹਿਮਦ ਸ਼ਾਹ ਸਿਆਲਕੋਟ ਤੋਂ ਵਾਪਸ ਆਪਣੇ ਦੇਸ਼ ਨੂੰ ਪਰਤ ਗਿਆ ਫਿਰ ਤੀਜੀ ਵਾਰ ਚੜਿਆ ਸਿੱਧਾ ਲਾਹੌਰ ਨੂੰ ਅੱਗੇ ਵਧਿਆ ਉਹਦਾ ਮੀਰ ਮੈਨੂੰ ਹਾਕਮ ਹੈ ਉਹ ਲਾਹੌਰ ਨੂੰ ਦਿੱਲੀ ਨੂੰ ਮਾਮਲਾ ਭਰਦਾ ਹੈ ਤੇ ਉਹਨੇ ਸਿੱਖ ਕੌਮ ਦੇ ਮਹਾਨ ਜਥੇਦਾਰ ਬਾਬਾ ਸੁੱਖਾ ਸਿੰਘ ਮਾੜੀ ਕੰਬੋਕ ਨੂੰ ਇਮਦਾਦ ਵਾਸਤੇ ਬੁਲਾ ਲਿਆ ਜਿਹਨੇ ਮੱਸਾ ਰਗੜ ਮਾਰ ਕੇ ਦਰਬਾਰ ਸ੍ਰੀ ਮਰਿਆਦਾ ਬਹਾਲ ਕੀਤੀ ਹੁਣ ਯਾਦ ਰੱਖਿਓ ਮੇਰੇ ਵੀਰੋ ਦੁਨੀਆ 'ਚ ਨੀਤੀਵਾਨ ਦਾ ਕੋਈ ਧਰਮ ਨਹੀਂ ਹੈ ਵੇਖਣ ਨੂੰ ਜੋ ਮਰਜ਼ੀ ਹੋਵੇ ਉਹਦੇ ਅੰਦਰ ਕੋਈ ਧਰਮ ਨਹੀਂ ਹੁੰਦਾ ਕੇਵਲ ਸਮਰਕ ਕੁਰਸੀ ਏ ਤੇ ਬਜ਼ੁਰਗਾਂ ਦਾ ਅਖਾਣ ਏ ਰਾਜ ਪਿਆਰੇ ਰਾਜਿਆਂ ਜਿਹਨਾਂ ਪੁੱਤ ਮਰਵਾਏ ਕਿਤੇ ਪੁੱਤ ਮਰਵਾ ਕੇ ਰਾਜ ਭਾਗ ਮਿਲਦੇ ਹੋਣ ਤੇ ਇਹਨਾਂ ਲੋਕਾਂ ਨੇ ਰਹਿਣ ਤੋਂ ਗੁਰੇਜ਼ ਨਹੀਂ ਕੀਤਾ ਬੇਈਮਾਨ ਮੀਰ ਮੰਨੂ ਨੇ ਸੁੱਖਾ ਸਿੰਘ ਨੂੰ ਬੁਲਾਇਆ ਤੇ ਸ਼ਰਦ ਮਕਾਮ ਉੱਤੇ ਦੋਨੋਂ ਪਾਸੇ ਲੜਾਈ ਆਰੰਭ ਹੋ ਗਈ ਦਰਾਨੀ ਅਹਿਮਦ ਸ਼ਾਹ ਅਬਦਾਲੀ ਮੀਰ ਮੰਨੂ ਦੀ ਤਲਵਾਰ ਕੋਲ ਡਰਦਾ ਹੈ ਪਹਿਲੀ ਜੰਗ ਹਾਰ ਕੇ ਉਹਦੇ ਕੋਲ ਗਿਆ ਹੋਇਆ ਮੀਰ ਮੰਨੂ ਵੀ ਡਰਦਾ ਹੈ ਤੇ ਆਖਿਰ ਮੀਰ ਮੰਨੂ ਨੇ ਅਹਿਮਦ ਸ਼ਾਹ ਅਬਦਾਲੀ ਨਾਲ 1 ਕਰੋੜ ਰੁਪਇਆ 1 ਕਰੋੜ ਤਾਨੇ ਜੰਗ ਦੇਣਾ ਕਰਕੇ ਤਾਂ ਦਿੱਲੀ ਨੂੰ ਆਪਣਾ ਨਾਤਾ ਤੋੜ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਆਪਣਾ ਬਾਦਸ਼ਾਹ ਮੰਨ ਲਿਆ ਤੇ ਰਾਤੋ ਰਾਤ ਮੀਰ ਮੰਨੂ ਬਦਲ ਗਿਆ ਸਿੱਖਾਂ ਨੂੰ ਕੋਈ ਪਤਾ ਨਹੀਂ ਮੀਰ ਮੰਨੂ ਤੇ ਅਹਿਮਦ ਸ਼ਾਹ ਰਾਜੀਨਾਮਾ ਹੋ ਗਿਆ ਜਿੱਥੇ ਜਹਾਂਗੀਰ ਦਾ ਮਕਬਰਾ ਸ਼ਦਰੇ ਰਾਵੀ ਦਰਿਆ ਕਿਨਾਰਾ ਸਾਹਮਣੇ ਗੋਲੀਆਂ ਚੱਲੀਆਂ ਅਹਿਮਦ ਸ਼ਾਹ ਅਬਦਾਲੀ ਦੀਆਂ ਪਿੱਛੋਂ ਮੀਰ ਮੰਨੂ ਦੇ ਸਿਰ ਮੁਸਲਮਾਨਾਂ ਨੇ ਗੋਲੀਆਂ ਚੱਲੀਆਂ ਵਿੱਚ ਗੁਰੂ ਦਾ ਪੰਥ ਘੇਰਿਆ ਗਿਆ ਅੱਗੋਂ ਵੀ ਗੋਲੀਆਂ ਪਿੱਛੋਂ ਵੀ ਗੋਲੀਆਂ ਤੇ ਇਸ ਲੜਾਈ ਚ ਆਪਣੇ ਬਚਾਉਂਦਾ ਸੁੱਖਾ ਸਿੰਘ ਮਾੜੀ ਕੰਬੋ ਕੇ ਸ਼ਹੀਦ ਹੋ ਗਿਆ ਦਰਾਨੀ ਅਹਿਮਦ ਸ਼ਾਹ ਅਬਦਾਲੀ ਤੀਜੇ ਹਮਲੇ ਦੇ ਅੰਦਰ
ਬਾਬਾ ਸੁਖਾ ਸਿੰਘ ਮਾੜੀ ਕੰਬੋ ਕੇ ਲੜ ਕੇ ਸ਼ਹੀਦ ਹੋ ਗਿਆ। ਸਿੱਖ ਫੌਜਾਂ ਪਿੱਛੇ ਹਟੀਆਂ ਤੇ ਪਸੀਨਾ ਕੇ ਡੇਰਾ ਪਾ ਲਿਆ ਕਿ ਮੀਰ ਮਨੂੰ ਬੇਈਮਾਨੀ ਕਰ ਗਏ। ਚੌਥੀ ਵਾਰ ਮੀਰ ਮਨੂੰ ਦੀ ਮੌਤ ਤੋਂ ਬਾਅਦ ਇਹਦੀ ਬੇਗਮ ਦੇ ਕਹਿਣ ਤੇ ਅਬਦਾਲੀ ਚੜਿਆ, ਦਿੱਲੀ ਤੱਕ ਪਹੁੰਚਿਆ, ਮੱਥਾ ਤੱਕ ਮੰਦਰ ਢਾਏ, ਲੱਖਾਂ ਰੁਪਏ ਦੀ ਸੰਪਦਾ ਲੁੱਟੀ ਤੇ ਅਗਲੇ ਸਾਲ ਇਹ 3 ਲੱਖ ਮਰਾਠਿਆਂ ਤੇ ਚੜ ਕੇ 1761 ਵਿੱਚ ਆ ਗਿਆ। 3 ਲੱਖ ਮਰਾਠਾ, 3 ਲੱਖ ਮਰਾਠਾ, ਕਿਸਨੇ 3 ਲਿਖਿਆ, ਕਿਸਨੇ 3.5 ਲਿਖਿਆ। 67 ਮੀਲ ਅੱਗੇ ਲੱਗੇ ਭੱਜੇ, 60 ਮੀਲ ਜਿੰਨਾ ਇੱਥੋਂ ਲੁਧਿਆਣਾ, ਇਹਨਾਂ 60 ਕੋ ਪੁਰਾਣੇ ਬਣਦੇ ਨੇ। ਦੌੜ ਗਿਆ ਮਰਾਠੇ ਛੱਡ ਕੇ ਮੈਦਾਨੇ ਜੰਗ ਤੇ ਅਹਿਮ ਸ਼ਰਮਾ ਹੰਕਾਰ ਹੋ ਗਿਆ, ਹੁਣ ਹਿੰਦੁਸਤਾਨ ਦੇ ਮੇਰੀ ਤਲਵਾਰ ਨੂੰ ਰੋਕਣ ਵਾਲਾ ਕੋਈ ਨਹੀਂ। ਲੇਕਿਨ ਜਿਸ ਸਮੇਂ ਅਹਿਮਦ ਸ਼ਾਹ ਅਬਦਾਲੀ ਪਿੱਛੇ ਮੁੜਿਆ, ਮਰਾਠਿਆਂ ਨੂੰ ਹਰਾ ਕੇ ਸਿੱਖ ਤਰੇ ਵੱਡੇ ਜੰਗਲਾਂ ਚੋਂ ਆਏ, ਕਦੀ ਰਾਤ ਨੂੰ ਹਮਲਾ, ਕਦੀ ਦੁਪਹਿਰ ਨੂੰ ਹਮਲਾ, ਕਦੀ ਸ਼ਾਮ ਨੂੰ ਹਮਲਾ, ਕਦੀ ਅੱਧੀ ਰਾਤ ਵੇਲੇ ਹਮਲਾ, ਬਚਦਾ ਬਚਾਉਂਦਾ ਅਹਿਮਦ ਸ਼ਾਹ ਅਬਦਾਲੀ ਚਨਾਹ ਦਰਿਆ ਪਾਰ ਕਰ ਗਿਆ, ਸਿੱਖ ਪਿੱਛੇ ਪਰਤੇ ਆਏ। ਜਿਹੜਾ 6ਵਾਂ ਹਮਲਾ ਹੈ ਤੇ ਜਿਹਦਾ ਮੈਂ ਜ਼ਿਕਰ ਆਪਣਾ ਆਰੰਭ ਕੀਤਾ ਹੈ, ਇਹ ਕੇਵਲ ਤੇ ਕੇਵਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਪੰਥ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਹਮਲਾ ਹੈ। ਤਾਂ ਸਹੁੰ ਖਾ ਕੇ ਅਬਦਾਲੀ ਤੁਰ ਲੱਗੇ, ਸਹੁੰ ਖਾ ਕੇ 11 ਵਾਰ ਹਿੰਦੁਸਤਾਨ ਤੇ ਚੜ ਕੇ ਆਇਆ ਅਹਿਮਦ ਸ਼ਾਹ ਅਬਦਾਲੀ। ਕਦੀ ਉਹਨੇ ਰਸੂਲ ਦੀ ਸੌਣੀ ਖਾਧੀ, ਕਦੀ ਕੋਈ ਮੁਸਲਮਾਨ ਪੈਗੰਬਰ ਦੀ ਸੌਣੀ ਖਾਵੇਗਾ। ਯਾਦ ਰੱਖਣਾ, ਕਿਸੇ ਮੁਸਲਮਾਨ ਨੂੰ ਕਹਿਣਾ ਕਿ ਪੈਗੰਬਰ ਦੀ ਸੌਂ ਖਾਵੇ, ਉਹ ਕਹਿੰਦਾ ਨਹੀਂ, ਮਰਨਾ ਮਰ ਜਾਵਾਂਗਾ ਲੇਕਿਨ ਪੈਗੰਬਰ ਦੀ ਸੌਂ ਨਹੀਂ ਖਾਵਾਂਗਾ, ਨਹੀਂ ਖਾਵਾਂਗਾ। ਸਾਡਾ ਕੀ ਹੈ, ਅਸੀਂ ਕਿੱਥੇ ਖੜੇ ਹਾਂ? ਪੰਚਾਇਤ ਲੱਗੀ ਹੁੰਦੀ ਹੈ, ਇੱਕ ਨੂੰ ਪੈਸੇ ਦੇਣੇ, ਦੂਜੇ ਨੂੰ ਲੈਣੇ ਆ, ਲੈਣ ਦੇਣ ਦਾ, ਉਹ ਕਹਿੰਦਾ ਤੂੰ ਸੌਂ ਖਾ ਜਾ, ਉਹ ਕਹਿੰਦਾ ਤੂੰ ਸੌਂ ਖਾ ਜਾ, ਦੋਨੋਂ ਗੁਰਦੇ ਨੂੰ ਤੁਰ ਪੈਂਦੇ ਦੋਵੇਂ। ਬੰਦਾ ਪੁੱਛੋ ਗੁਰਦੇ ਸੌਂ ਖਾਣ ਨੂੰ ਰੱਖੇ ਹੋਏ ਨੇ? ਸਿੱਖਾਂ ਗੁਰੂ ਗ੍ਰੰਥ ਸੌਂ ਖਾਣ ਵਾਸਤੇ ਨਹੀਂ ਹੈ, ਇਹ ਸੱਚ ਝੂਠ ਦਾ ਫੈਸਲਾ ਪੰਚਾਇਤ ਕਰਦੀ ਹੈ। ਗੁਰੂ ਤੇ ਰੱਬ ਦਾ ਮਾਰਗ ਦਿੰਦਾ ਹੈ, ਗੁਰੂ ਗ੍ਰੰਥ ਰੱਬ ਦੇ ਮਾਰਗ ਤੇ ਤੁਰਦਾ ਹੈ, ਔਰ ਸੌ ਨੇਮ ਵਾਸਤੇ ਗੁਰੂ ਗ੍ਰੰਥ ਨਹੀਂ ਹੈ। ਕਦੀ ਉਹ ਲੋ ਜਿਹੜੇ ਕਹਿੰਦੇ ਸਿੱਖ ਨੂੰ ਪੰਜਾਬ ਚੋਂ ਮਕਾ ਦੇਣਾ ਹੈ, ਉਹ ਲਿਖਦਾ ਹੈ ਕਾਜੀ ਨੂਰ ਮੁਹੰਮਦ ਕਿ ਸਿੱਖ ਝੂਠ ਨਹੀਂ ਬੋਲਦਾ, ਕਹਿੰਦਾ ਸਿੱਖ ਝੂਠ ਨਹੀਂ ਬੋਲਦਾ। ਤੇ ਅੱਜ ਅੰਮ੍ਰਿਤਧਾਰੀ ਨੂੰ ਅੰਮ੍ਰਿਤਧਾਰੀ ਤੇ ਯਕੀਨ ਨਹੀਂ, ਉਹਨੂੰ ਕਹਿੰਦੇ ਤੂੰ ਝੂਠਾ ਹੈ, ਉਹਨੂੰ ਕਹਿੰਦੇ ਤੂੰ ਝੂਠਾ ਹੈ। ਬਾਕੀ ਗੱਲ ਛੱਡ ਦਿਓ, ਛੱਡ ਦਿਓ ਬਾਕੀ ਗੱਲ, ਜਿਹੜੇ ਧਰਮ ਤੋਂ ਹੋਣੀ ਨੇ ਉਹਨੇ ਗੱਲ ਛੱਡ, ਜਿਹੜਾ ਧਰਮ 'ਚ ਪਰਪੱਕ ਨੇ, ਕਿਰਪਾਨਾਂ ਪਾਈਆਂ, ਗੁਰੂ ਕੰਮ 'ਚ ਪਾਣ ਕੀਤਾ ਹੈ, ਇੱਕ ਦੂਜੇ ਨੂੰ ਕਹੀ ਜਾ ਤੂੰ ਝੂਠਾ, ਉਹਨੂੰ ਕਹਿੰਦਾ ਤੂੰ ਝੂਠਾ, ਕੀ ਬਣੇਗਾ? ਜਿਹੜੇ ਬੰਦੇ ਕਹਿੰਦੇ ਪੰਜਾਬ 'ਚ ਸਿੱਖੀ ਮਕਾ ਕੇ ਰੋਟੀ ਖਾਣੀ ਹੈ, ਉਹ ਲੋਕ ਲਿਖਦੇ ਨੇ ਕਿ ਸਿੱਖ ਝੂਠ ਨਹੀਂ ਬੋਲਦਾ, ਸਿੱਖ ਝੂਠ ਨਹੀਂ ਬੋਲਦਾ। ਅੱਜ ਅਸੀਂ ਇਹਨੇ ਥੱਲੇ ਨੂੰ ਚਲੇ ਗਏ, ਇਹਨੇ ਥੱਲੇ ਨੂੰ ਚਲੇ ਗਏ ਕਿ ਅੰਮ੍ਰਿਤਧਾਰੀਆਂ ਉੱਤੇ ਲੋਕ ਯਕੀਨ ਕਰਨ ਤੋਂ ਪਾਸੇ ਹਟ ਗਏ, ਨਹੀਂ ਯਕੀਨ ਕਰਦੇ। ਗੁੱਸੇ ਵਿੱਚ ਸ਼ਾਹ ਕਾਬਲੀ ਕਰ ਖਲੀਆਂ ਬਾਹਾਂ, ਕਹਿੰਦਾ ਕਸਮ ਰਸੂਲ ਦੀ 100 ਜੁੜੀ ਚ ਖਾਵਾਂ, ਮੈਂ ਜੋਲੇ ਹਿੰਦੀ ਸੂਰਮੇ ਬਲ ਕਿਸਦੀਆਂ ਬਾਹਾਂ, ਮੈਂ ਚੁੰਟਣ ਮਾਰਾਂ ਜੋਧਿਆਂ ਨੱਤ ਸ਼ੇਰਾਂ ਪਾਵਾਂ, ਜੋ ਕੀਤੀ ਨਾਲ ਮਰਹੱਟਿਆਂ। ਇਹ ਐਸੇ ਮਰਾਠੇ ਹਾਰੇ, ਕਈ ਸਾਲ ਤੱਕ ਮੁੜ ਕੇ ਅਬਦਾਲੀ ਸਾਹਮਣੇ ਨਹੀਂ ਆਏ, ਜੋ ਕੀਤੀ ਨਾਲ ਮਰਹੱਟਿਆਂ, ਮੈਂ ਫੇਰਦਾ ਰਹਾਂ, ਮੈਂ ਡੰਝ ਪਿਆਸੀ ਖੂਨ ਦੀ, ਡੰਝ ਪਿਆਸੀ ਤੇਗ ਦੀ ਰਤ ਨਾਲ ਨਹਾਵਾਂ, ਮੈਂ ਰੰਗਤ ਦੇਵਾਂ ਖੂਨ ਦੀ ਪੰਜਾਂ ਦਰਿਆਵਾਂ। ਵੇਖ ਜਿਹਨੂੰ ਅੱਜ ਅਸੀਂ ਪੰਜਾਬ ਕਹਿੰਦੇ, ਪੰਜਾਬ ਨਹੀਂ ਇਹ, ਖਿਮਾ ਕਰੀ, ਇਹ ਮੇਰਾ ਗੋਭਾ ਜਿਹਾ ਬਣ ਗਏ, ਮੇਰਾ ਗੋਭਾ ਜਿਹਾ। ਪੰਜਾਬ ਹੈ 5 ਦਰਿਆਵਾਂ ਦੀ ਧਰਤੀ, 5 ਆਬ, ਆਬ ਮਾਨੇ ਪਾਣੀ, ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ, 5 ਦਰਿਆਵਾਂ 'ਚ ਜਾਂ ਜ਼ਮੀਨ ਦਾ ਟੂੜਾ ਨੂੰ ਬੋਲਦੇ 5 ਆਬ ਪੰਜਾਬ, ਪੰਜਾਬ ਦੇਸ਼,
ਮਾਲਵਾ ਦੇਸ਼ ਰਾਜਪੂਤਾਨਾ ਦੇਸ਼ ਜਿਹੜਾ ਬਠਿੰਡਾ ਹੈ ਇਹ ਮਾਲਵਾ ਦੇਸ਼ ਦੀ ਰਾਜਧਾਨੀ ਰਹੀ ਹੈ। ਯਾਦ ਰੱਖਣਾ ਇਹ ਮਾਲਵਾ ਦੇਸ਼ ਦੀ ਰਾਜਧਾਨੀ ਰਹੀ ਹੈ। ਹੁਣ ਆਪਾਂ ਸੋਚਦੇ ਕਿ ਸ਼ਾਇਦ ਪਟਿਆਲਾ ਮਾਨਸਾ ਲੁਧਿਆਣਾ ਫਰੀਦਕੋਟ ਪਾਲੋ ਤੇ ਮਾਲਵਾ ਬਣ ਗਿਆ। ਨਹੀਂ ਵੀਰੇ, ਇਹ ਮਾਲਵਾ ਨਹੀਂ ਜੀ। ਮਾਲਵਾ ਲੁਧਿਆਣੇ ਤੋਂ ਸ਼ੁਰੂ ਹੁੰਦਾ ਹੈ ਤੇ ਸਿੱਧਾ ਜਾ ਕੇ ਉਹ ਅੰਦੌਰ ਦੇ ਥੱਲੇ ਤੱਕ ਮਾਲਵਾ ਜਾਂਦਾ। ਅੰਦੌਰ ਤੱਕ ਮਾਲਵਾ ਹੈ, ਇਹ ਮਾਲਵਾ ਦੇਸ਼। ਹੁਣ ਤਾਂ ਆਪਾਂ ਇਹਨਾਂ ਕੋਲੋਂ ਮਾਲਵਾ ਬਣ ਕੇ ਬਹਿ ਗਏ, ਇੰਨਾ ਦੇਸ਼ ਨਹੀਂ ਹੈ। ਇਹ ਬੜਾ ਵੱਡਾ ਮਾਲਵਾ ਦੇਸ਼ ਹੈ ਤੇ ਇਹਦੀ ਰਾਜਧਾਨੀ ਰਹੀ ਹੈ ਬਠਿੰਡਾ। ਪੰਜਾਬ ਦੀ ਰਾਜਧਾਨੀ ਰਹੀ ਹੈ ਲਾਹੌਰ। ਕਦੇ ਸਾਡੇ ਵੱਡਿਆਂ ਉੱਤੇ ਮਾੜੇ ਦਿਨ ਆਉਂਦੇ, ਉਹ ਦਰਿਆ ਸਤਲੁਜ ਪਾਰ ਕਰਦੇ, ਉਹ ਮਾਲਵੇ ਇਲਾਕੇ ਚਲੇ ਜਾਂਦੇ, ਉਹਨੂੰ ਰੋਟੀ ਪਾਣੀ ਦਿੱਤੀ ਜਾਂਦੀ, ਖਾਣ ਪੀਣ ਦਾ ਪ੍ਰਬੰਧ ਦਾ ਚੰਗਾ ਸਮਾਂ ਆਉਂਦਾ। ਇਹ ਸਾਡੇ ਵੱਡੇ ਫਿਰ ਮੱਝ ਨੂੰ ਪਰਤ ਕੇ ਆ ਜਾਂਦੇ। ਜਾਂ ਹੋਰ ਸ਼ਕਤੀ ਹੁੰਦੀ ਇਹ ਮਾਲਵੇ ਤੋਂ ਅੱਗੇ ਚਲੇ ਜਾਂਦੇ, ਫਿਰ ਅਗਲੇ ਪਿੰਡ ਰਾਜਪੂਤਾਨਾ ਹੈ, ਜੈਪੁਰ, ਜੋਧਪੁਰ, ਮਵਾੜ, ਉਦੈਪੁਰ, ਇਹਨੂੰ ਅਸੀਂ ਬੋਲਦੇ ਰਾਜਪੂਤਾਨਾ। ਇੱਥੇ ਹਿੰਦੂ ਰਾਜੇ ਨੇ, ਸਿੱਖ ਇਹਨਾਂ ਕੋਲ ਜਾ ਕੇ ਪਨਾਹ ਲੈ ਲੈਂਦੇ ਨੇ, ਕੁਝ ਪੈਸੇ ਧੇਲਾ ਸਿੱਖੋਂ ਦਿੰਦੇ, ਕੋਈ ਰੋਟੀ ਪਾਣੀ ਖਵਾਉਂਦੇ ਨੇ। ਤੇ ਜਦੋਂ ਸ਼ਕਤੀ ਘੱਟ ਜਾਂਦੀ ਹੈ ਇਹ ਰਾਜਪੂਤਾਨਾ ਛੱਡ ਕੇ ਫਿਰ ਪੰਜਾਬ 'ਚ ਆ ਜਾਂਦੇ ਨੇ, ਫਿਰ ਮਾਰਾ ਤਾਲਾ ਸ਼ੁਰੂ ਕਰਦੇ ਨੇ ਤੇ ਖੂਨ ਦੀਆਂ ਨਦੀਆਂ ਵਹਾ ਦਿੰਦੇ ਨੇ। ਇਹ ਵੱਖੋ ਵੱਖਰਾ ਇਲਾਕਾ ਹੈ, ਪੰਜਾਬ, ਮਾਲਵਾ ਦੇਸ਼ ਤੇ ਰਾਜਪੂਤਾਨਾ। ਪਿਆ ਬੀਬੀ ਜੀ ਦਾ ਬੱਟੂ ਗਵਾਚ ਗਿਆ ਮੇਰੇ ਵੀਰ, 400 ਰੁਪਇਆ ਵਿੱਚ ਜੇ ਕਿਸੇ ਨੂੰ ਮਿਲੇ ਤੇ ਜ਼ਰੂਰ ਕਿਰਪਾ ਕਰਕੇ ਪਹੁੰਚਾ ਦਿਓ। ਸਟੇਜ 'ਤੇ ਬਟੂਆ ਪਹੁੰਚਾ ਦਿਓ, ਭੈਣ ਜੀ ਦਾ ਬਟੂਆ ਗਵਾਚ ਗਏ। ਭੈਣਾਂ ਜੇ ਤੱਕ ਸੁਣ ਲਿਆ ਦੇ ਜਾਏਗਾ ਧਰਮੀ ਬੰਦਾ, ਜੇ ਕਿਸੇ ਨੇ ਕੱਢ ਲਿਆ ਨਾ ਫਿਰ ਨਹੀਂ ਜੇ ਦੇਣਾ, ਕਿਉਂਕਿ ਜੇ ਕੱਢਿਆ ਬੇਈਮਾਨੀ ਉਹਨੇ ਥੋੜ੍ਹਾ ਮੋੜਨਾ। ਸ਼ਾਇਦ ਕਿਸੇ ਰੱਬ ਦੇ ਪਿਆਰੇ ਦੇ ਮਨ 'ਚ ਮਿਹਰ ਪੈ ਜਾਵੇ ਅਤੇ ਦੇ ਜਾਵੇ। ਕੋਈ ਰੱਬ ਦਾ ਪਿਆਰਾ ਮੇਰੀ ਆਵਾਜ਼ ਸੁਣਦਾ ਅਤੇ ਕਿਰਪਾ ਕਰਕੇ ਭੈਣ ਜੀ ਦਾ ਬਟੂਆ ਵਾਸ ਕਰ ਜਾਏ। ਮੈਂ ਰੰਗਤ ਦੇਵਾਂ ਖੂਨ ਦੀ ਪੰਜਾਂ ਦਰਿਆਵਾਂ, ਮੈਂ ਸਾੜਾ ਨਗਰੀ ਗੁਰਾਂ ਦੀ ਤੇ ਖਾ ਗੋਡਾਵਾਂ, ਮੈਂ ਕੁੱਪੇ ਦੱਬ ਬਰੂਦ ਦੇ ਹਰਿਮੰਦਰ ਢਾਵਾਂ, ਜੇ ਨਾਮ ਨਿਸ਼ਾਨਾ ਸਿੱਖ ਦਾ ਹਿੰਦ ਵਿੱਚੋਂ ਮਿਟਾਵਾਂ ਤੇ ਕਾਫਰ ਹੋ ਕੇ ਮਰਾਂ ਮੈਂ ਦੁੱਜ ਕਰੂ ਜਾਵਾਂ। ਇਹ ਸਹੁੰ ਖਾਧੀ ਅਬਦਾਲੀ ਨੇ ਕਿ ਹੇ ਮੇਰੇ ਖੁਦਾ, ਮੇਰੇ ਪੈਗੰਬਰ, ਜੇ ਗੁਰੂ ਗੋਬਿੰਦ ਸਾਹਿਬ ਪੰਥ ਜਿਉਂਦਾ ਰਹਿ ਜਾਵੇ ਤੇ ਮੈਨੂੰ ਨਰਕਿਆਂ ਵਿੱਚ ਢੋਈ ਨਾ ਮਿਲੇ, ਮੈਨੂੰ ਦੋਜ਼ਖ ਵਿੱਚ ਢੋਈ ਨਾ ਮਿਲੇ। ਜੇ ਨਾਮ ਨਿਸ਼ਾਨਾ ਸਿੱਖ ਦਾ ਹਿੰਦ ਵਿੱਚੋਂ ਮਿਟਾਵਾਂ, ਕਾਫਰ ਹੋ ਕੇ ਮਰਾਂ ਮੈਂ ਦੋਜ਼ਖ ਨੂੰ ਜਾਵਾਂ, ਦੋਜ਼ਖ ਨੂੰ ਜਾਵਾਂ। ਸਹੁੰ ਖਾ ਕੇ 1.5 ਲੱਖ ਮਲਖੇ ਲੈ ਕੇ ਅਹਿਮਦ ਸ਼ਬਦਾਲੀ ਤੁਰੇ ਤੇ ਆਪਣੇ ਤੇਜ ਕਦਮਾਂ ਨਾਲ ਪੰਜਾਬ ਨੂੰ ਅੱਗੇ ਵਧਿਆ। ਜਿਹੜੇ ਮੇਰੇ ਵੀਰ ਕਦੀ ਪਾਕਿਸਤਾਨ 'ਚ ਗਏ ਨੇ, ਮੁਬਾਰਕ ਨੇ। ਜਿਸ ਸਮੇਂ ਅਸੀਂ ਦਰਿਆ ਜੇਲ੍ਹ ਵੱਲ ਲੰਘਦੇ ਹਾਂ, ਅੱਗੇ ਇੱਕ ਸ਼ੇਰਾਂ ਦਾ ਰੋਹਤਾਸ, ਸ਼ੇਰ ਸ਼ਾਹ ਸੂਰੀ ਦਾ ਇੱਥੇ ਕਿਲ੍ਹਾ ਹੈ। ਦੁਨੀਆਂ 'ਚ ਤੁਸੀਂ ਜਿੰਨੇ ਕਿਲ੍ਹੇ ਵੇਖੋਗੇ, ਕਿਲ੍ਹਿਆਂ 'ਚ ਫੌਜ ਹੁੰਦੀ ਹੈ, ਆਮ ਪਬਲਿਕ ਕਿਲ੍ਹਿਆਂ 'ਚ ਰਹਿਣ ਦੀ ਆਗਿਆ ਨਹੀਂ ਹੁੰਦੀ, ਕੇਵਲ ਫੌਜ ਰਹਿੰਦੀ ਹੈ। ਲੇਕਿਨ ਰੋਹਤਾਸ ਦਾ ਕਿਲ੍ਹਾ ਹੈ ਜਿੱਥੇ ਕੋਗਲ ਸ਼ਹਿਰ ਵੱਸਦਾ ਹੈ ਅਤੇ ਫੌਜੀ ਛਾਉਣੀ ਵੀ। ਇਹ ਉਹ ਥਾਂ ਹੈ ਜਿੱਥੇ ਪੰਥ ਦੀ ਮਾਂ ਦਾ ਜਨਮ ਹੋਇਆ, ਜਿੱਥੇ ਮਾਤਾ ਸਾਹਿਬ ਕੌਰ ਦਾ ਜਨਮ ਹੋਇਆ। ਤੁਸੀਂ ਰੋਹਤਾਸ ਕਿਲ੍ਹੇ 'ਚ ਦਾਖਲ ਹੋਵੋਗੇ, ਇੱਕ ਦਰਵਾਜ਼ੇ 'ਚੋਂ ਅੱਗੇ ਜਾਓਗੇ, ਅੱਗੇ ਲਿਖਿਆ ਮਾਤਾ ਸਾਹਿਬ ਕੌਰ ਦਾ ਜਨਮ ਸਥਾਨ। ਕਮਰੇ 'ਗੇ ਜਾ ਕੇ ਖੜੋਗੇ, ਉੱਥੇ ਤਾਲਾ ਵੱਜਾ ਹੋਵੇਗਾ। ਗੁਰਦੁਆਰਾ ਨਹੀਂ ਹੈ ਕਿ ਛੋਟਾ ਕਮਰਾ ਹੈ। ਗੁਆਂਢੀ ਇੱਕ ਮੁਸਲਮਾਨ, ਕੋਈ ਔਰਤ ਆਵੇਗੀ ਜਾਂ ਕੋਈ ਬੱਚਾ ਆਵੇਗਾ, ਉਹ ਕਹੇਗਾ ਸਰਦਾਰ ਜੀ ਆਹ ਚਾਬੀ ਲੈ ਲਓ ਅਤੇ ਕਮਰਾ ਖੋਲ ਲਓ। ਜਾਂ ਤੂੰ ਕਮਰੇ ਦਰਵਾਜ਼ਾ ਖੋਲ ਦੇ, ਸਾਹਮਣੇ ਗੁਰੂ ਗੋਬਿੰਦ ਸਿੰਘ ਫੋਟੋ ਲੱਗੀ ਹੁੰਦੀ, ਥੱਲੇ ਉਹਨਾਂ ਨੇ ਲੇਪਣ ਕੀਤਾ, ਸਾਫ਼ ਸੁਥਰਾ ਕਮਰਾ ਹੈ। ਹੁਣ ਕਿੰਨਾ ਚਿਰ ਬਗਾਨੇ ਦੇ 'ਚ ਬੈਠੋਗੇ, ਘੜੀ ਬੈਠੋਗੇ, ਦੋ ਘੜੀ, ਅੱਧਾ ਘੰਟਾ, ਘੰਟਾ, ਆਖਰ ਮੁੜ ਕੇ ਜਵਾਬ ਆਉਣਾ ਹੁੰਦਾ ਹੈ। ਦੋ ਚਾਰ ਘੜੀਆਂ ਬੈਠ ਕੇ ਕੋਈ ਬੰਦਾ ਪਾਠ ਕਰਦਾ, ਕੋਈ ਰੱਬ ਰੱਬ ਕਰਦਾ, ਮੱਥਾ ਟੇਕਦਾ, ਹੇ ਮੇਰੇ ਪਾਤਸ਼ਾਹ। ਇਹ ਉਹ ਮਿੱਟੀ ਹੈ ਜਿਸ ਮਿੱਟੀ ਨੇ ਪੰਥ ਦੀ ਮਾਂ ਨੂੰ ਜਨਮ ਦਿੱਤਾ ਹੈ, ਜਿਹਨੇ ਮਾਤਾ ਸਾਹਿਬ ਨੂੰ ਜਨਮ ਦਿੱਤਾ ਹੈ। ਇਹ ਉਹ ਸ਼ਹਿਰ ਹੈ ਜਿੱਥੇ ਪੰਥ ਦੀ ਮਾਂ ਪੈਦਾ ਹੋਈ ਹੈ, ਇੱਥੇ ਅਬਦਾਲੀ ਪਹੁੰਚਿਆ। ਲਾਹੌਰ ਤੱਕ ਇਹ ਬੰਦੇ ਨੇ ਸਿੱਕੇ ਵਿਖਾਏ,
ਮਹੰਤ ਆਕਲ ਦਾਸ ਨੇ ਯਾਦ ਦੀ ਚਿੱਠੀ ਦਿੱਤੀ ਕਿ ਜੇ ਤੇਜ ਕਦਮੀਆਂ ਨਾਲ ਚੱਲਿਓ ਤੇ ਮਹੰਤ ਆਕਲ ਦਾਸ ਨੂੰ ਸਿੱਖ ਮਾਰ ਦੇਣਗੇ ਤੇ ਇਹਨੇ ਯੋਧ ਹੀ ਚੱਲਿਆ ਇਹਨੇ ਯੋਧ ਹੀ ਚੱਲਿਆ ਇਹ ਸਤੇ ਦੇ ਲਾਹੌਰ ਦੇ ਕਿਲੇ ਚੜ ਕੇ ਬੈਠ ਗਏ ਕੱਲ ਇਲਾਕੇ ਦੇ ਚੌਧਰੀ ਆਣ ਕੇ ਮੱਥਾ ਟੇਕਣ ਨਜ਼ਰਾਨੇ ਦਿੱਤੇ ਪਤਾ ਕਰੋ ਖਾਲਸਾ ਕਿੱਦਾਂ ਚਲਾ ਗਏ ਹੁਣ ਸੂਹਾਂ ਮਿਲੀਆਂ ਕਿ ਜਨਾਲੇ ਗੁਰੂ ਦਾ ਘੇਰਾ ਚੁੱਕ ਲੈਣ ਤੋਂ ਬਾਅਦ ਖਾਲਸਾ ਪੰਥ ਦਰਿਆ ਬਿਆਸਾ ਤੋਂ ਪਾਰ ਹੋ ਗਏ ਕਈ ਪਿੰਡਾਂ ਚੋਂ ਲੁੱਟ ਮਾਰ ਕਰਦਾ ਅੱਗੇ ਨੂੰ ਸੋਧਾ ਆਇਆ ਖਾਲਸਾ ਤੋਂ ਪਾਰ ਚਲ ਗਏ ਤੇ ਮਲੇਰ ਕੋਟੇ ਦਾ ਇਲਾਕਾ ਪਿੰਡ ਕੋਪਰ ਹੀੜਾ ਤੇ ਇੱਥੇ ਖਾਲਸਾ ਪੰਥ ਬੈਠਾ ਹੋਏ ਤਿੰਨ ਕੁ ਮੀਲ ਤੱਕ ਪਿੰਡ ਗੁਰਮਾ ਤੇ ਉੱਥੇ ਸਿੱਖ ਦੇ ਬਾਲ ਬੱਚੇ ਬਜ਼ੁਰਗ ਉਹ ਦੂਜੇ ਥਾਂ ਤੇ ਬੈਠੇ ਨੇ ਪਿੰਡ ਗੁਰਮਾ ਇਹ ਦੋ ਪਿੰਡ ਨੇ ਕੋਪਰ ਹੀੜਾ ਕੋਪ ਪਿੰਡ ਵੱਖਰਾ ਏ ਰਹੀਰਾ ਵੱਖਰਾ ਲੇਕਿਨ ਬੋਲਦੇ ਕਿੱਥੇ ਤਾਂ ਢਾਈ ਤਿੰਨ ਮੀਲ ਦੀ ਵਿੱਚ ਪਿੰਡ ਗੁਰਮਾ ਉਸ ਗੁਰਮਾ ਚ ਬਜ਼ੁਰਗ ਔਰਤਾਂ ਤੀਵੀਆਂ ਬੱਚੇ ਮਾਸੂਮ ਤੇ ਬਿਮਾਰ ਸ਼ਮਾ ਜਿਹੜੇ ਉਹ ਲੋਕ ਉੱਥੇ ਬੈਠੇ ਹੋਏ ਖਬਰ ਪਹੁੰਚੀ ਅਹਿਮਦ ਸ਼ਾਹ ਅਬਦਾਲੀ ਨੂੰ ਕਿ ਖਾਲਸਾ ਪੰਥ ਮਲੇਰ ਕੋਟ ਦੇ ਇਲਾਕੇ ਦੇ ਵਿੱਚ ਦੀ ਬੜੀ ਸਖ਼ਤ ਚਿੱਠੀ ਲਿਖੀ ਉਹਨੇ ਜੈਨ ਖਾਨ ਨਵਾਬ ਸਰਹੰਦ ਨੂੰ ਕਿ ਜਿੰਨੀ ਦੇਰ ਤੱਕ ਮੈਂ ਮੈਦਾਨ ਚੋਂ ਪਹੁੰਚਾਵਾਂ ਮੇਰੇ ਆਉਣ ਤੱਕ ਸਿੱਖਾਂ ਛੋਟੀ ਮੋਟੀ ਜੰਗ ਸ਼ੁਰੂ ਕਰਨੀ ਹੈ ਤਾਂ ਘੇਰ ਕੇ ਖਾਲਸਾ ਪੰਥ ਰੱਖਣਾ ਹੈ ਮੈਂ ਨਾ ਕੋਈ ਬੱਚਾ ਛੱਡਣਾ ਹੈ ਨਾ ਕੋਈ ਜਨਾਨੀ ਛੱਡਣੀ ਹੈ ਕੌਮ ਸਮੂਰਚੀ ਮਚਾ ਦੇਣੀ ਹੈ ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ ਮੈਂ ਗੁਰੂ ਗੋਬਿੰਦ ਸਿੰਘ ਪੰਥ ਦਾ ਨਾਮੋ ਨਿਸ਼ਾਨ ਪੰਜਾਬ ਚੋਂ ਮਿਟਾ ਦੇਣਾ ਪੰਜ ਤਰੀਕ ਦੇ ਚੜ੍ਹਦੇ ਸੂਰਜ ਤੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਮੈਂ ਮੈਦਾਨੇ ਜੰਗ 'ਚ ਪਹੁੰਚ ਜਾਵਾਂਗਾ ਚਾਰ ਤਰੀਕ ਨੂੰ ਨਵਾਬ ਨੂੰ ਚਿੱਠੀ ਮਿਲੀ ਹੈ ਹੁਣ ਬੜੇ ਤੇਜ਼ ਕਦਮਾਂ ਨਾਲ ਉਹਨੇ ਆਪਣੇ ਖਾਸ ਜਰਨੈਲ ਕਾਸਮ ਖਾਨ ਨੂੰ ਸਰਹੰਦ ਤੋਂ ਚੜ੍ਹਾਏ ਸਰਹੰਦ ਤੋਂ ਕਾਸਮ ਖਾਨ ਕਦੀ ਤੁਸੀਂ ਜਾਓ ਦਿੱਲੀ ਨੂੰ ਖੰਨਾ ਆਉਂਦਾ ਖੰਨਾ ਉਹਦੇ ਸੱਜੇ ਹੱਥ ਅੱਗੇ ਜਾ ਕੇ ਵੇਖਣਾ ਇੱਕ ਸਰਾਂ ਹੈ ਤੁਹਾਨੂੰ ਕਹਿੰਦੇ ਕੋਟ ਲਸ਼ਕਰੀ ਖਾਨ ਦੀ ਸਰਾਂ ਲਸ਼ਕਰੀ ਖਾਨ ਦੀ ਇਹ ਉਹ ਸਰਾਂ ਹੈ ਜਿੱਥੋਂ ਸਿੱਖਾਂ ਦੇ ਬਰਖਲਾਫ ਪਹਿਲੀ ਵਾਰ ਅੰਗਰੇਜ਼ ਨੇ ਜੰਗ ਦਾ ਐਲਾਨ ਕੀਤਾ ਉਸ ਸਰਾਂ ਦੇ ਵਿੱਚ ਲਾਰਡ ਹਾਰਡਿੰਗ ਨੇ ਹੁਣ ਇਹ ਪਿੰਡ ਅੱਗੇ ਲੰਘ ਕੇ ਕਾਸਮ ਖਾਂ ਬੈਠ ਗਿਆ ਕਿ ਰਾਤ ਅੱਧੀ ਹੋਵੇਗੀ ਫਿਰ ਮੈਂ ਸਿੱਖਾਂ ਤੇ ਹੱਲਾ ਬੋਲਾਂਗਾ ਸੁੱਤੇ ਪਏ ਸਿੱਖਾਂ ਤੇ ਹੱਲਾ ਬੋਲਾਂਗਾ ਕੱਟ ਵਟੇ ਨਹੀਂ ਕਰ ਦੇਵਾਂਗੇ ਕਿ ਅਹਿਮਦ ਸ਼ਾਹ ਅਬਦਾਲੀ ਮੇਰੀ ਬਹਾਦਰੀ ਨੂੰ ਵੇਖ ਕੇ ਆਸ਼ਸ਼ ਕਰ ਉੱਠੇਗਾ ਆਓ ਸਰਵਣ ਕਰੀਏ ਇੱਕ ਪੈਰ ਰਾਤ ਬਾਕੀ ਰਹਿੰਦੀ ਹੈ ਕੋਈ ਕੋਈ ਟਵਾਂ ਟਵਾਂ ਸਿੱਖ ਉੱਠੀਏ ਕੋਈ ਦਾਤਨ ਕੁਰਲਾ ਕਰੇ ਕੋਈ ਇਸ਼ਨਾਨ ਕਰੇ ਕੋਈ ਬਾਣੀ ਪੜ੍ਹਦੇ ਤਾਂ ਪਤਾ ਉਦੋਂ ਲੱਗਾ ਜੋ ਆਣ ਕਾਸਮ ਖਾਂ ਨੇ ਸਿੱਖਾਂ ਹੱਲਾ ਬੋਲਿਆ ਸਿੱਖਾਂ ਨੇ ਆਪਣੇ ਆਪ ਨੂੰ ਸੰਭਲਿਆ ਤੇ ਕਾਸਮ ਖਾਨ ਨੂੰ ਜਿਵੇਂ ਮੋੜ ਕੇ ਜਵਾਬ ਦਿੱਤਾ ਉਹ ਪਿਆਰ ਨਾਲ ਸਰਵਣ ਕਰ ਸਾਰਿਆਂ ਨੂੰ ਲਾ
ਲੱਗੀ ਜਿਵੇਂ ਸੁੱਤੇ ਹੋਏ ਸ਼ੇਰ ਨੂੰ ਹੋ ਜਾ ਕੋ ਸਿੰਘ ਵੀ ਉੱਠੇ ਫੱਟ ਖਾ ਭਗਵਾਨ ਦੇ ਉਹ ਸਵੇ ਗਿਆ ਸ਼ਿਸ਼ਪਾਲ ਜ
ਉਹ ਸਿੰਘ ਬਾਵਲਾ ਸ਼ੀਆਂ ਦੇ ਵਾਂਗ ਟੁੱਟ ਪਏ ਉਹ ਜਿੱਤੇ ਵੈਰੀਆਂ ਦੇ ਸੱਥਰ ਵਿਛਾ ਮੈਦਾਨ ਵਿੱਚੋਂ ਸੀਤਲਾ ਵਾਰ ਚੱਲਿਆ ਨਾ ਸਿੰਘਾਂ ਦਾ ਗਿਆ ਹੋ ਹੋ ਬਹੁਤ ਸਾਰੇ ਵੀਰ ਵੱਲੋਂ ਮੇਰੀਆਂ ਭੈਣਾਂ ਵੱਲੋਂ ਗੁਰੂ ਅਮਰਦਾਸ ਮਹਾਰਾਜ ਦੇ ਪਵਨ ਦਰਬਾਰ ਦੀ ਜ਼ਿਆਰਤ ਕਰਦਿਆਂ ਮੈਂ ਹਾਜ਼ਰ ਹੋਈ ਹੈ ਗਰੀਬ ਨਾਇਕ ਪਾਤਸ਼ਾਹ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰਨ ਪਹਿਲਾਂ ਵੀ ਬਹੁਤ ਸਾਰੀ ਮੈਂ ਸਟੇਜ 'ਤੇ ਬੈਠੇ ਪ੍ਰਬੰਧਕ ਵੀਰਾਂ ਨੂੰ ਹਾਜ਼ਰ ਹੋਈ ਹੈ ਹੋਰ ਸੌ ਸੌ ਦਫਣਾ ਉਹਨਾਂ ਨੂੰ ਹਾਜ਼ਰ ਹੋਏ ਮਹਾਂਪੁਰਸ਼ ਬਾਬਾ ਸ਼ਬੇਗ ਸਿੰਘ ਜੀ ਉਹਨਾਂ ਨੂੰ ਬੇਨਤ ਮੈਂ ਹਾਜ਼ਰ ਹੋਈ ਹੈ ਸਤਿਗੁਰੂ ਗਰੀਬ ਨਾਇਕ ਪਾਤਸ਼ਾਹ ਗੁਰਤਾ ਮਾਂਦੀ ਮਹਾਂਪੁਰਸ਼ਾਂ ਦੇ ਕੋਲੋਂ ਸੇਵਾ ਲੈਣ ਸਿਰ 'ਤੇ ਮੇਰ ਭਰਿਆ ਮਾਲਕ ਹੱਥ ਰੱਖੇ ਹਜ਼ੂਰ ਅੱਗੇ ਹੱਥ ਜੁੜ ਕੇ ਜੋਧੜੀ ਵੀਰ ਮੋਹਰ ਸਿੰਘ ਜੀ ਜਿਨ੍ਹਾਂ ਕੱਚ ਅਸੀਂ ਰੁਕੇ ਹੋਏ ਹਾਂ ਸੌ ਦਮੜਾ ਉਹਨਾਂ ਢਾਡੇ ਜਿੱਤਣ ਭੇਜੇ ਇਹ ਮਹਾਂਪੁਰਸ਼ਾਂ ਦਾ ਪਰਿਵਾਰ ਹੈ ਅਤੇ ਜਿਹੜਾ ਮਹਾਂਪੁਰਸ਼ਾਂ ਪਰਿਵਾਰ ਅਤੇ ਸਾਡਾ ਵੀ ਉਨਾ ਹੀ ਹੱਕ ਜਿਹਨੇ ਇਹਨਾਂ ਦਾ ਸੰਤ ਬਾਬਾ ਚਰਨ ਸਿੰਘ ਜੀ ਮਹਾਂਪੁਰਸ਼ ਉਹਨਾਂ ਤੋਂ ਵਰਸਾਏ ਹੋਏ ਸੰਤ ਬਾਬਾ ਗੁਰਨਾਮ ਸਿੰਘ ਜੀ ਭਾਈ ਖਿਡੋਲੀ ਉਹਨਾਂ ਦੇ ਬਹੁਤ ਨਿਕਟਵਰਤੀ ਪਰਿਵਾਰ ਸੌ ਦਮੜਾ ਉਹਨਾਂ ਨੂੰ ਹਾਜ਼ਰ ਹੋਏ ਸਿੱਖ ਕੌਮ ਦੇ ਮਹਾਨ ਹੀਰੇ ਭਾਈ ਹਵਾਰਾ ਜੀ ਦੇ ਨਾਂ 'ਤੇ ਮੈਂ ਹਾਜ਼ਰ ਹੋਈ ਦੇਖੋ ਕੋਈ ਬੰਦਾ ਜਿਹੜਾ ਕੌਮ ਆ ਉੱਥੇ ਕੋਈ ਕਰੇਗਾ ਕੌਮ ਨੂੰ ਹਮੇਸ਼ਾ ਯਾਦ ਰੱਖੇਗੀ ਦੋ ਤਰ੍ਹਾਂ ਦੇ ਲੋਕ ਯਾਦ ਨੇ ਕਿਸ ਨੂੰ ਚੰਗੇ ਸ਼ਬਦਾਂ ਕੀਤਾ ਜਾਂਦਾ ਕਿਸ ਨੂੰ ਮਾੜੇ ਸ਼ਬਦਾਂ ਯਾਦ ਕੀਤਾ ਜਾਂਦਾ ਹੈ ਜਿਹੜਾ ਕੌਮ ਨੂੰ ਕੋਈ ਦੇ ਕੇ ਜਾਂਦਾ ਉਹਨੂੰ ਚੰਗੇ ਸ਼ਬਦਾਂ ਯਾਦ ਕੀਤਾ ਜਾਂਦਾ ਹੈ ਜਿਹੜਾ ਕੌਮ ਨਾਲ ਗਦਾਰੀ ਕਰਕੇ ਜਾਂਦਾ ਹੈ ਉਹਨੂੰ ਮਾੜੇ ਸ਼ਬਦਾਂ ਨਾਲ ਯਾਦ ਕੀਤਾ ਜਾਂਦਾ ਹੈ ਜਥੇਦਾਰ ਦੀ ਚੜ੍ਹਦੀ ਕਲਾ ਉੱਤੇ ਮਾਇਆ ਹਾਜ਼ਰ ਹੈ ਪਾਤਸ਼ਾਹ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ ਔਰ ਹਵਾਰਾ ਜੀ ਸਿਰ 'ਤੇ ਮੇਹਰ ਭਰਿਆ ਮਾਲਕ ਹੱਥ ਰੱਖੇ ਔਰ ਮੈਂ ਬੇਨਤੀ ਕਰਿਆ ਸੀ ਕਿ ਕਾਸਮ ਖਾਨ ਸੋਚਦਾ ਹੈ ਕਿ ਸਿੱਖ ਸੁੱਤੇ ਪਏ ਹੋਣਗੇ ਤਲਵਾਰ ਦਾ ਵਾਰ ਕਰਾਂਗਾ ਅਤੇ ਖਾਲਸਾ ਪੰਥ ਦਾ ਵੱਡਾ ਨੁਕਸਾਨ ਕਰਾਂਗਾ ਛੋਟੀ ਜਿਹੀ ਇੱਕ ਗੁੱਡੀ ਵੀ ਗਵਾਚ ਗਈ ਕੋਈ ਮੇਰੀ ਭੈਣ ਮੇਰੀ ਧੀ ਭਰਾ ਬਜ਼ੁਰਗ ਨੂੰ ਨਿੱਕੀ ਜਿਹੀ ਗੁੱਡੀ ਮਿਲੀ ਕਿਰਪਾ ਕਰਕੇ ਉਹ ਸਟੇਜ 'ਤੇ ਪਹੁੰਚਾ ਦੇਣ ਛੋਟੀ ਜਿਹੀ ਗੁੱਡੀ ਗਵਾਚ ਗਈ ਹੈ ਅਤੇ ਉਹਨਾਂ ਮਾਂ ਬਾਪ ਲੱਭਦਾ ਫਿਰਦੇ ਇੱਥੇ ਆਪਾਂ ਬੱਚੇ ਲੈਣ ਵਾਸਤੇ ਆਉਂਦੇ ਹਾਂ ਗਾਉਣ ਵਾਸਤੇ ਨਹੀਂ ਆਉਂਦੇ ਫਿਰ ਵੀ ਮੇਰੀ ਬੇਨਤੀ ਹੈ ਭੈਣਾਂ ਧੀਆਂ ਨੂੰ ਕਿ ਜਿਹੜੀਆਂ ਮੇਰੀਆਂ ਧੀਆਂ ਘਰਾਂ 'ਚੋਂ ਬੱਚੇ ਨਾਲ ਲਿਖੇ ਧਿਆਨ ਰੱਖੋ ਉਂਗਲੀ ਲਾ ਕੇ ਰੱਖੋ ਬਾਅਦ 'ਚ ਮੁੜ ਕੇ ਪਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਕੋਈ ਦੂਰ ਨੇੜੇ ਮੇਰੀ ਆਵਾਜ਼ ਸੁਣਦਾ ਹੋਵੇ ਕੋਈ ਮੇਰੀ ਭੈਣ ਮੇਰਾ ਭਰਾ ਕੋਈ ਧੀ ਬਜ਼ੁਰਗ ਇੱਕ ਬੱਚੀ ਗਵਾਚ ਗਈ ਹੈ ਜੇ ਕਿਸੇ ਮੇਰੇ 'ਤੇ ਸਟੇਜ 'ਤੇ ਪਹੁੰਚਾਉਣ ਦੀ ਕਿਰਪਾਲਤਾ ਕਰੇ ਵੇਖੋ ਡਾਕਟਰ ਲੋਕ ਅੱਜ ਕੀ ਕਹਿੰਦੇ ਤੁਸੀਂ ਜਾਂਦੇ ਹੋ ਕਹਿੰਦੇ ਤੁਹਾਡਾ ਬੀਪੀ ਵੱਧ ਗਿਆ ਜੀ ਸਵੇਰ ਉੱਠ ਕੇ ਘੁੰਮਿਆ ਕਰੋ ਸੈਰ ਕਰਿਆ ਕਰੋ ਧਰਤੀ ਸਾਡੀ ਮਾਂ ਹੈ ਇਹਨੂੰ ਮਾਂ ਕਹਿ ਗ੍ਰੰਥਾਂ 'ਚ ਜਿਹੜਾ ਮਰੀਏ ਦੁਨੀਆਂ ਧਰਮ ਗ੍ਰੰਥ ਪੜ੍ਹ ਲੈਣਾ ਹਰ ਧਰਮ ਗ੍ਰੰਥ ਧਰਤੀ ਨੂੰ ਮਾਂ ਕਰਕੇ ਕਿਹਾ ਹੋਇਆ ਇਹ ਸਾਡੀ ਮਾਂ ਹੈ ਜਿਵੇਂ ਮਾਂ ਆਪਣੇ ਪੁੱਤਾਂ ਨੂੰ ਪਾਲਦੀ ਹੈ ਇਵੇਂ ਧਰਤੀ ਸਾਨੂੰ ਪਾਲਦੀ ਹੈ ਲੇਕਿਨ ਅੱਜ ਅਸੀਂ ਧਰਤੀ ਨਾਲ ਟੁੱਟ ਗਏ ਹਾਂ ਆਪਣੀ ਮਾਂ ਨਾਲ ਟੁੱਟ ਗਏ ਗੁੱਸਾ ਨਾ ਮਨਾਇਓ ਜਿਹੜੇ ਲੋਕ ਅੱਜ ਵੀ ਧਰਤੀ ਮਾਤਾ ਨਾਲ ਜੁੜੇ ਅੱਜ ਵੀ ਤੰਦਰੁਸਤ ਨੇ ਅਸੀਂ ਟੁੱਟ ਗਏ ਹਾਂ ਦੁਨੀਆਂ ਭਰ ਦੀਆਂ ਬਿਮਾਰੀਆਂ ਆਪਣੀ ਝੋਲੀ 'ਚ ਪਾ ਕੇ ਬਹਿ ਗਏ ਆ ਤੁਹਾਡੇ ਗਵਾਂਢ ਫਿਰੋਜ਼ਪੁਰ ਮੈਂ ਤੇ ਅੰਮ੍ਰਿਤਸਰ 'ਚ ਰਹਿੰਦੇ ਸੌ ਤੋਂ ਉੱਤੇ ਹਸਪਤਾਲ ਹੈ ਅੰਮ੍ਰਿਤਸਰ 'ਚ ਸੌ ਤੋਂ ਉੱਤੇ ਅਤੇ ਮੰਜਾ ਲੈਣਾ ਅਤੇ ਸਿਫਾਰਿਸ਼ ਛਪਾਉਣੀ ਪੈਂਦੀ ਹੈ ਸਿਫਾਰਿਸ਼ ਪਾ ਕੇ ਬੈੱਡ ਮਿਲਦਾ ਕੁੱਲ ਭਰੇ ਹੋਸਪਿਟਲ ਜਿੰਨੇ ਕੌਣ ਅਸੀਂ ਬਿਮਾਰ ਹਾਂ ਤੁਸੀਂ ਬਿਮਾਰ ਹੋ ਅਸੀਂ ਬਿਮਾਰ ਹੋ ਤੁਸੀਂ ਬਿਮਾਰ ਜਿੰਨੇ ਮਰਜ਼ੀ ਹੋਸਪਿਟਲ ਘੁੰਮ ਕੇ ਵੇਖ ਲੈਣੇ ਫਿਰੋਜ਼ਪੁਰ ਘੁੰਮ ਕੇ ਵੇਖ ਲਓ ਫਰੀਦਕੋਟ ਘੁੰਮ ਕੇ ਵੇਖ ਲਓ ਪਟਿਆਲਾ ਵੇਖ ਲਓ ਲੁਧਿਆਣਾ ਵੇਖ ਲਓ ਚੰਡੀਗੜ੍ਹ ਵੇਖ ਲਓ ਕਿਸੇ ਹੋਸਪਿਟਲ ਦਾ ਤੁਹਾਨੂੰ ਕੋਈ ਨਿਹੰਗ ਸਿੰਘ ਦੀ ਬਿਮਾਰ ਲੰਮਾ ਪਿਆ ਨਜ਼ਰ ਨਹੀਂ ਆਵੇਗਾ ਅਸੀਂ ਲੋਕ ਬਿਮਾਰ ਪਏ ਹੋਏ ਹਾਂ
ਕਦੇ ਕੋਈ ਨਿਹੰਗ ਸਿੰਘ ਤੁਹਾਨੂੰ ਬਿਮਾਰ ਪਿਆ ਕੋਈ ਕਿਤੇ ਹਜ਼ਾਰਾਂ ਚੋਂ ਫਿਰਦਾ ਕਹਿੰਦੇ ਬੱਚੇ ਗਵਾਚ ਦੋ ਕਹਿੰਦੇ ਜੀ ਮੇਰੀ ਘਰਵਾਲੀ ਗਵਾਚ ਗਈ ਹੁਣ ਦੱਸੋ ਮੈਂ ਉਸ ਮਿੰਟ ਕੀ ਕਰਾਂ ਜੀ ਮੇਰੇ ਵੀਰ ਦੀ ਘਰਵਾਲੀ ਗਵਾਚ ਗਈ ਹੈ ਜੇ ਤਾਂ ਮੇਰੀ ਆਵਾਜ਼ ਕਿਤੇ ਭੈਣ ਮੇਰੀ ਸੁਣਦੀ ਹੈ ਸ਼ਾਇਦ ਗੀਤਾ ਉਹਦਾ ਨਾਂ ਹੈ ਅਤੇ ਉਹ ਆਪਣੇ ਪਤੀ ਪਰਮੇਸ਼ਰ ਨੂੰ ਆਣ ਕੇ ਸਟੇਜ 'ਤੇ ਮਿਲ ਲਵੇ ਆਹ ਮੈਂ ਬੇਨਤੀ ਆਪਣੇ ਲੈ ਕੇ ਅੱਗੇ ਜਾਵਾਂ ਮੈਂ ਕਦੀ ਟੀਚਰ ਮਖੌਲ ਸਟੇਜ 'ਤੇ ਨਹੀਂ ਕੀਤਾ ਨਾ ਮੈਨੂੰ ਮੇਰੇ ਵੱਡਿਆਂ ਨੇ ਸਿਖਾਇਆ ਇਹ ਟੀਚਰ ਥਾਂ ਨਹੀਂ ਗੁਰੂ ਘਰ ਦਰ ਹੈ ਇੱਥੇ ਨਿਮਰਤਾ ਪ੍ਰਵਾਨ ਹੁੰਦੀ ਹੈ ਇੱਥੇ ਟੀਚਰਾਂ ਮਖੌਲ ਨਹੀਂ ਗੁਰੂ ਕੇ ਦਰ 'ਤੇ ਪ੍ਰਵਾਨ ਚੱਲ ਨਾਲੇ ਮੈਂ ਤਾਂ ਇਤਿਹਾਸ ਦਾ ਵਿਦਿਆਰਥੀ ਇਤਿਹਾਸ ਪੜ੍ਹਦੇ ਇਤਿਹਾਸ ਤੁਹਾਨੂੰ ਸੁਣਾਉਂਦੇ ਟੀਚਰਾਂ ਇਹ ਕਰਨੀਆਂ ਨਾ ਮੈਨੂੰ ਗੁਰੂ ਸਿਖਾਵੇ ਨਾ ਮੈਂ ਕਦੀ ਕੀਤੀਆਂ ਤੁਸੀਂ ਟਾਈਮ ਦਿੱਤਾ ਹੈ ਤਵਰੀਕ ਸੁਣਨ ਵਾਸਤੇ ਮੇਰਾ ਕੰਮ ਹੈ ਤਵਰੀਕ ਸੁਣਾਉਣੀ ਇਹ ਟੀਚਰਾਂ ਮਖੌਲ ਵੱਧ ਦੀਆਂ ਗੱਲਾਂ ਠੀਕ ਉਹਦੀ ਘਰ ਦੀ ਕਿਤੇ ਅੱਗੇ ਪਿੱਛੇ ਆਣ ਕੇ ਆਵਾਜ਼ ਸੁਣੇ ਆਣ ਕੇ ਵੀਰ ਨੂੰ ਮਿਲ ਲਵੇ ਆਹ ਮੈਂ ਬੇਨਤੀ ਕਰਾਂ ਸਾਡੇ ਵੱਡੇ ਕਦੀ ਨੰਗੇ ਪਰੀ ਹਾਲ ਵਾਹੁੰਦੇ ਪਰੀ ਮਾਲ ਚਾਲਦੇ ਪੱਠੇ ਵੱਢਦੇ ਕਦੇ ਕਿਸੇ ਨੂੰ ਬਲੱਡ ਪ੍ਰੈਸ਼ਰ ਨਹੀਂ ਹੋਇਆ ਕਦੀ ਕਿਸੇ ਨੂੰ ਕੁਛ ਨਹੀਂ ਸੀ ਹੋਇਆ ਘਰਾਂ 'ਚ ਪੱਥਰ ਲਾ ਲਏ ਨੇ ਗੁਰਦੁਆਰਿਆਂ 'ਚ ਪੱਥਰ ਲਾ ਲਏ ਨੇ ਦਫ਼ਤਰਾਂ 'ਚ ਪੱਥਰ ਲਾ ਲਏ ਨੇ ਬੂਟ ਜਰਾਬਾਂ ਪਾ ਕੇ ਘਰੋਂ ਤੁਰਦੇ ਹਾਂ ਗੱਡੀ ਜਾਂਦੇ ਹਾਂ ਦਫ਼ਤਰ ਜਾਂਦੇ ਫਿਰ ਬੂਟ ਜਰਾਬਾਂ ਪਾ ਕੇ ਕਿਤੇ ਆਪਣੇ ਝਾਤੀ ਮਾਰ ਕੇ ਵੇਖੋ ਕਿ ਕਿੰਨੇ ਕਿੰਨੇ ਮਹੀਨੇ ਬਤੀਤ ਹੋ ਗਏ ਨੇ ਤੁਸੀਂ ਨੰਗੇ ਭਰੀ ਕਦੀ ਜ਼ਮੀਨ 'ਤੇ ਕਿੰਨੇ ਚਿਰ ਦੇ ਤੁਰੇ ਹੋ ਕਦੀ ਆਪਣਿਆਂ ਦੇ ਝਾਤੀ ਮਾਰ ਕੇ ਵੇਖਣਾ ਕਿ ਕਿੰਨੇ ਮਹੀਨੇ ਬਤੀਤ ਹੋ ਗਏ ਅਸੀਂ ਨੰਗੇ ਭਰੀ ਜ਼ਮੀਨ 'ਤੇ ਨਹੀਂ ਤੁਰੇ ਅਸੀਂ ਬਿਮਾਰ ਹਾਂ ਡਾਕਟਰ ਜਾਂਦੇ ਹਾਂ ਡਟ ਕੇ ਸਵੇਰੇ ਉੱਠੋ ਸੈਰ ਕਰੋ ਨੰਗੇ ਭਰੀ ਕਹੀਏ ਧਰਤੀ ਮਾਤਾ ਨਾਲ ਜੁੜਨਾ ਧਰਤੀ ਮਾਤਾ ਨਾਲ ਜੁੜ ਕੇ ਰਹਿਣਾ ਜਿਹੜਾ ਬੰਦਾ ਧਰਤੀ ਮਾਤਾ ਨਾਲ ਜੁੜ ਕੇ ਰਹੇਗਾ ਤੰਦਰੁਸਤ ਰਹੇਗਾ ਟੁੱਟ ਜਾਵੇਗਾ ਬਿਮਾਰੀਆਂ ਝੋਲੀ 'ਚ ਪਾ ਕੇ ਬਹਿ ਜਾਵੇਗਾ ਡਾਕਟਰ ਲੋਕ ਅੱਜ ਕਹਿੰਦੇ 6 ਘੰਟੇ ਸੋਣਾ ਚਾਹੀਦਾ ਗੁਰੂ ਅਰਜਨ ਦੇਵ ਮਹਾਰਾਜ ਦੀ ਮਰਿਆਦਾ ਬੱਧੀ ਇੱਕ ਪੈਰ ਗਿਆ ਰਾਤ ਗੁਰੂ ਸਦਾ ਪ੍ਰਕਾਸ਼ ਆਵੇਗਾ ਇੱਕ ਪੈਰ ਰਾਤ ਦਾ ਪ੍ਰਕਾਸ਼ ਹੋਵੇਗਾ 6 ਘੰਟੇ ਸੁੱਖ ਸਤਿਗੁਰੂ ਸਦ ਹੋਵੇਗਾ ਇਹ ਸਿੱਖ ਨੂੰ ਗੁਰੂ ਦਾ ਹੁਕਮ ਆ ਕਿ ਥੋੜ੍ਹਾ ਖਾਣਾ ਹੈ ਥੋੜ੍ਹਾ ਸੋਣਾ ਹੈ ਵੀਰ ਸਾਹਿਬ ਸੌਂ ਜਾਣਾ ਅੰਮ੍ਰਿਤ ਲਈ ਉੱਠਣਾ ਹੈ ਤੁਸੀਂ ਕਦੀ ਗੁਰੂ ਦੀਆਂ ਸਿੱਖਿਆ ਪੜ੍ਹੋ ਮਰਦਾਨੇ ਨੇ ਗੁਰੂ ਮਹਾਰਾਜ ਨੇ ਆਖਿਆ ਪਾਤਸ਼ਾਹ ਸਿੱਖੀ ਚਾਹੀਦੀ ਹੈ ਅਤੇ ਸਾਹਿਬ ਨੇ ਕਿ ਕੇਸਾਂ ਦੀ ਬਿੱਜ ਵੀ ਨਹੀਂ ਕਰਨੀ ਕੇਸਾਂ ਦੀ ਬਿੱਜ ਵੀ ਨਹੀਂ ਕਰਨੀ ਅੰਮ੍ਰਿਤ ਵੇਲਾ ਨਹੀਂ ਖਜਾਉਣਾ ਅੰਮ੍ਰਿਤ ਵੇਲਾ ਨਹੀਂ ਖਜਾਉਣਾ ਅਤੇ ਅੱਜ ਸਾਡੇ ਅੰਮ੍ਰਿਤ ਵੇਲਾ ਵੀ ਚਲ ਗਏ ਅੰਮ੍ਰਿਤ ਦੀ ਦਾਤ ਵੀ ਚਲ ਗਈ ਦੋਵੇਂ ਚੀਜ਼ਾਂ ਚਲ ਗਈਆਂ ਗੁਰੂ ਨੇ ਸਾਨੂੰ ਅੰਮ੍ਰਿਤ ਵੇਲਾ ਦਿੱਤਾ ਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਸਾਡੇ ਕੋਲ ਦੋਵੇਂ ਜਿਹਨਾਂ ਸਾਂਭੀਆਂ ਨੇ ਮੁਬਾਰਕਬਾਦ ਘੋੜਿਆਂ ਦੀ ਆਵਾਜ਼ ਕਰਨਾ ਚਾਹੀ ਖਾਲਸਾ ਪੰਥ ਨੇ ਆਪਣੇ ਆਪ ਨੂੰ ਸੰਭਲਿਆ ਬਸ ਮੋੜ ਕੇ ਹੱਲਾ ਬੋਲਿਆ ਤੇ ਗੱਲ ਦੁਨੀਆਂ ਜਾਣਦੀ ਏ ਕਿ ਸਿੱਖ ਦੇ ਹੱਥਾਂ ਨੰਗੀ ਤਲਵਾਰ ਹੋਵੇ ਕੋਈ ਦੁਨੀਆਂ ਦੀ ਤਾਕਤ ਸਿੱਖ ਨੂੰ ਹਰਾ ਨਹੀਂ ਸਕਦੀ ਸਿੱਖ ਉਦੋਂ ਹਾਰਿਆ ਜਦੋਂ ਆਪਣੇ ਨੇ ਹਰਾਇਆ ਜਦੋਂ ਆਗੂ ਨੇ ਹਰਾਏ ਉਦੋਂ ਸਿੱਖ ਰਹੇ ਸਿੱਖ ਦੀ ਮੈਦਾਨ 'ਚ ਨਹੀਂ ਹਾਰਿਆ ਕਾਸਮ ਖਾਂ ਜ਼ਖਮੀ ਹੋ ਕੇ ਘੋੜਾ ਭਜਾ ਕੇ ਮਲੇਰਕੋਟਲੇ ਨੂੰ ਦੌੜ ਗਿਆ ਮਲੇਰਕੋਟਲੇ ਨੂੰ ਇਹਦਾ ਸੂਜ ਚੜਾਇਆ ਹਾਰ ਕੇ ਕਾਸਮ ਖਾਂ ਮਲੇਰਕੋਟਲੇ ਪਹੁੰਚਾ ਇਹਦਾ ਅਹਿਮ ਸ਼ਬਦ ਲਈ ਮਲੇਰਕੋਟਲੇ ਪਹੁੰਚ ਗਿਆ ਤੁਸੀਂ ਸਣੇ ਸੱਜਣ ਬੈਠੇ ਹੋ ਤੁਸੀਂ ਉਂਗਲਾਂ 'ਤੇ ਜਾ ਕੇ ਘਰ ਜਾ ਕੇ ਜਲਬਾ ਤਕਸੀਮਾਂ ਕਰ ਲੈਣੀਆਂ ਵੇਖੋ ਅਬਦਾਲੀ ਸਾਡਾ ਦੁਸ਼ਮਣ ਹੈ ਪਤਲ ਕਿਹੜੀ ਮਿੱਟੀ ਦਾ ਬੰਦਾ ਬਣਿਆ ਮੈਂ ਤਾਂ ਹੈਰਾਨ ਹੀ ਉਹ ਲਾਹੌਰ ਤੋਂ 3 ਤਰੀਕ ਨੂੰ ਤੁਰਦਾ 3 ਫਰੀ ਲਾਹੌਰ ਤੋਂ ਤੁਰਦਾ 50 ਕੋਹ ਪੈਂਡਾ ਮੁਕਾ ਕੇ 50 ਕੋਹ ਪੈਂਡਾ ਉਹ ਰਾਤ ਜੰਡਾਲੇ ਗੁਰੂ ਦੀ ਕੱਟਦੇ ਗੁਰੂ ਕੇ ਜੰਡਾਲੇ 'ਚ ਰਾਤ ਕੱਟਦੇ ਉਹ ਆਪ ਇਕੱਲਾ ਨਹੀਂ ਹੈ 1.5 ਲੱਖ ਉਹਦੀ ਆਪਣੀ ਫੌਜ ਹੈ ਤੇ 15-20 ਹਜ਼ਾਰ ਇਲਾਕੇ ਦੇ ਚੌਧਰੀਆਂ ਦੀ ਫੌਜ ਹੈ ਅਰਲਾਮ ਲਾ ਕੇ 2.25 ਲੱਖ ਬੰਦਾ ਦੇ ਕੋਲ ਆ ਮੇਲਾ ਆਉਂਦਾ ਨਾ ਸਾਲ ਬਾਅਦ ਇੱਥੇ ਬਾਬਾ ਜੀ ਜੋੜੇ ਦਾ ਅਤੇ ਮਹੀਨਾ ਪਹਿਲਾਂ ਗ੍ਰਾਹੀਆਂ ਕਰਨੀਆਂ ਹੁੰਦੀਆਂ ਅਨਾਜ ਇਕੱਠਾ ਕਰਨਾ ਹੈ ਲੰਗਰ ਲਾਉਣਾ ਹੈ ਸ਼ਿਬਿਰ ਲਾਉਣੀ ਕਿੱਡਾ ਵੱਡਾ ਪ੍ਰਬੰਧ ਹੈ ਬੰਦਾ ਕਿੰਨਾ 25-30-50 ਹਜ਼ਾਰ ਹੋਵੇਗਾ ਪਹਿਲਾਂ ਪਹਿਲਾਂ ਮਹੀਨਾ ਪ੍ਰਬੰਧ ਕਰਾ ਕੇ ਪੈਂਦੇ ਨੇ 2.5 ਲੱਖ ਬੰਦਾ ਰਹਿਣ ਦਾ ਪ੍ਰਬੰਧ ਕਰਨਾ ਹੈ
ਫਿਰ ਉਹਨੇ ਰੋਟੀ ਪਾਣੀ ਦਾ ਪ੍ਰਬੰਧਕਾਂ ਨੇ ਉਹਨੇ ਘੋੜਿਆਂ ਦਾ ਘਾਹ ਚਾਹੀਦਾ, ਉਹਨਾਂ ਵਾਸਤੇ ਦਾਣਾ ਚਾਹੀਦਾ, ਨਹਾਉਣ ਨੂੰ ਪਾਣੀ ਚਾਹੀਦਾ, ਘੋੜਿਆਂ ਵਾਸਤੇ ਪਾਣੀ ਚਾਹੀਦਾ, ਰਾਤ ਸੌਣਾ ਇਹ ਕੋਈ ਨਿੱਕਾ ਜਿਹਾ ਖਲਜਗਲ ਨਹੀਂ ਹੈ, ਯਾਦ ਰੱਖਣਾ। ਪੌਣੇ 2 ਲੱਖ ਬੰਦਿਆਂ ਪ੍ਰਬੰਧ ਕਰਨਾ ਹੈ, ਉਹ 'ਚ ਕੋਈ ਗੱਡਿਆਂ 'ਤੇ ਨੇ, ਕੁਝ ਤੁਰਕੇ ਨੇ, ਕੁਝ ਘੋੜਿਆਂ 'ਤੇ ਨੇ, ਕੋਈ ਹਾਥੀਆਂ, ਕੋਈ ਤੋਪਾਂ ਨੇ, ਕੋਈ ਜੰਗੀ ਸਮਾਨ ਆ, ਇਹ ਸਾਰਾ ਦੇ ਕੇ ਅਬਦਾਲੀ ਨਾਲ ਤੁਰਦੇ। ਰਾਤ ਜਨਾਲੇ ਗੁਰੂ ਕੱਟਦਾ, ਦਿਨ ਚੜ ਕੇ ਮਾਰੋ ਮਾਰ ਤੁਰਦੇ, ਉਹ ਗੋਂਦਾਂ ਦੇ ਪੱਤੋਂ ਦਰਿਆ ਬਿਆਸਾ ਪਾਰ ਕਰਦੇ, ਤੇ ਸੂਝ ਡੁੱਬਣ ਤੋਂ ਪਹਿਲਾਂ ਨੂਰ ਮਹਿਲ ਦੀ ਸਰਾਂ ਚ ਪਹੁੰਚਦਾ, ਜਿਹਨੂੰ ਬੋਲਦੇ ਤਲਵਣ ਦੀ ਸਰਾਂ, ਤਲਵਣ ਦੀ। ਪਤਾ ਨੀ ਕਿਹੜੀ ਮਿੱਟੀ ਦਾ ਬੰਦਾ ਬਣਿਆ, ਤੇ ਕਦੋਂ ਸੌਂਦਾ ਤੇ ਕਦੋਂ ਤੁਰਦਾ। 50 ਮੀਲ ਪੈਂਡਾ ਕਰਕੇ ਰਾਤ ਤਲਵਣ ਪਹੁੰਚੇ, ਹੁਣ ਕਦੋਂ ਤੁਰਿਆ ਹੋਵੇਗਾ ਕਿ 15 ਮੀਲ ਪੈਂਡਾ ਮੁਕਾ ਕੇ, 15 ਕੋਹ ਪੈਂਡਾ ਮੁਕਾ ਕੇ, ਸੂਝ ਚੜ੍ਹਦੇ ਪਹਿਲਾਂ ਮਲੇਰਕੋਟਲੇ ਪਹੁੰਚ ਗਏ। ਵੇਖੋ ਬੰਦਾ ਕਿਹੜੀ ਮਿੱਟੀ ਦਾ ਬਣਿਆ। ਅਸੀਂ ਬੱਸਾਂ 'ਤੇ ਜਾਂਦੇ, ਥੱਕ ਜਾਂਦੇ, ਬੰਦਾ ਘੋੜੇ 'ਤੇ ਜਾਂਦਾ, ਫਿਰ ਫੌਜ ਨਾਲ ਤੁਰਦੀ ਹੈ, ਕੁਝ ਪੈਦਲ ਤੁਰਦੇ ਨੇ, ਫਿਰ ਰੋਟੀ ਪਾਣੀ ਦਾ ਪ੍ਰਬੰਧ ਕਰਨਾ, ਰਹਿਣ ਦਾ ਪ੍ਰਬੰਧ ਕਰਨਾ, ਉਹਨੇ ਘੋੜਿਆਂ ਪ੍ਰਬੰਧ ਕਰਨਾ, ਹਾਥੀਆਂ ਦਾ ਪ੍ਰਬੰਧ ਕਰਨਾ। ਫੌਜ ਥੱਕ ਜਾਵੇਗੀ, ਕਦੀ ਲੜਦੀ ਨਹੀਂ ਹੈ। ਜਿਹੜੇ ਬੰਦੇ ਫੌਜ ਨੂੰ ਪਤਾ ਹੈ, ਕੁਝ ਸਮਾਂ ਲੜਨ ਤੋਂ ਬਾਅਦ ਫੌਜ ਨੂੰ ਆਰਾਮ ਕਰਾਉਣਾ ਪੈਂਦਾ, ਥੱਕਿਆ ਫੌਜੀ ਮੈਦਾਨ 'ਚ ਨਹੀਂ ਲੜੇਗਾ। ਫੌਜ ਨੂੰ ਆਰਾਮ ਨਹੀਂ ਕਰਨਾ, ਇਹ ਵੀ ਤਾਣਾ ਬਜ਼ਾਲੀ ਦੇ ਵਿੱਚ ਮਨ 'ਚ ਕਿ ਕੱਲ੍ਹ ਨੂੰ ਜਾ ਕੇ ਜੰਗ ਲੜਨੀ ਆ, ਜਾਂ ਨੀਂਦਣਾ ਮੇਰੀ ਕੌਮ ਰਹਿ ਗਈ, ਇਹ ਮੈਦਾਨ 'ਚ ਨਹੀਂ ਲੜ ਸਕੇਗੀ। ਪਤਾ ਕਿਤਨਾ ਬੰਦਾ ਪ੍ਰਬੰਧ ਕਰਦਾ ਹੋਵੇਗਾ, ਰੱਬ ਜਾਣਦਾ। ਜਿਸ ਸਮੇਂ ਅਹਿਮਦ ਸ਼ਾਹ ਅਬਦਾਲੀ ਨੇ ਵੇਖਿਆ ਕਿ ਕਾਸਮ ਖਾਂ ਹਾਰ ਕੇ ਆ ਗਏ, ਦਰਾਨੀ ਅਹਿਮਦ ਸ਼ਾਹ ਅਬਦਾਲੀ ਨੂੰ ਅੱਗ ਲੱਗ ਉੱਠੀ, ਛੇੜ ਕੇ ਘੋੜਾ ਅੱਗੇ ਵਧਿਆ, ਤੇ ਸਿੱਖਾਂ ਨੂੰ ਪਤਾ ਉਦੋਂ ਲੱਗਾ ਜਦੋਂ ਅਹਿਮਦ ਸ਼ਾਹ ਅਬਦਾਲੀ ਮਲੇਰਕੋਟ ਲਿਆ ਗਿਆ। ਲੋਹਾਂ ਥੋਪੀਆਂ ਰਹਿ ਗਈਆਂ, ਚੁੱਲ੍ਹਿਆਂ 'ਤੇ ਦੇਗਾਂ ਚੜੀਆਂ ਰਹਿ ਗਈਆਂ, ਜਿੱਥੇ ਜਾਣ ਦਾ ਫਿਕਰ ਪੈ ਜਾਵੇ ਫਿਰ ਕੌਣ ਰੋਟੀ ਪਕਾਉਂਦਾ ਤੇ ਕੌਣ ਦਾਲਾਂ ਭੰਨਦਾ। ਹੁਣ ਬੜੀ ਤੇਜ਼ ਕਦਮੀ ਦੇ ਨਾਲ ਸਿੱਖਾਂ ਨੇ ਗੁਰਮੇ ਨੂੰ ਆਪਣੇ ਘੇਰੇ 'ਚ ਲਿਆ, ਤੇ ਵਹੀਰ ਮਲੇਰਕੋਟੇ ਤੋਂ, ਗੁਰਮੇ ਪਿੰਡ ਤੋਂ, ਪਟਿਆਲੇ ਤੋਂ ਅੱਗੇ ਬਰਨਾਲੇ ਵੱਲ ਨੂੰ ਤੋਰ ਦਿੱਤੀ ਗਈ। ਕੁਝ ਇਲਾਕੇ ਦੇ ਸਰਦਾਰ ਮਲਵਈ ਨਾਲ ਤੁਰੇ ਕਿ ਅਸੀਂ ਵੀ ਇਹਨੂੰ ਸੁਰੱਖਿਅਤ ਥਾਂ ਬਰਨਾਲੇ ਪਹੁੰਚਾ ਦੇਵਾਂਗੇ। ਕੇਵਲ 5 ਮੀਲ ਪੈਂਡਾ, 5 ਮੀਲ ਪੈਂਡਾ, ਜਿੰਨਾ ਕਿ ਇੱਥੋਂ ਮੱਲਾਂ ਵਾਲਾ, ਇੰਨਾ ਕੁ 5 ਕੁ ਹੋ ਗਏ ਨੇ, 7 ਹੋ ਗਿਆ, ਨਾਜਾ ਲਾ ਕੇ ਕਹਿੰਦੇ ਨੇ। ਸੜਕਾਂ ਨਹੀਂ ਨਾਪਣੀਆਂ, ਸਿੱਧਾ ਵੇਖਣਾ ਹੈ, ਕਿਉਂਕਿ ਜੋ ਫੌਜਾਂ ਘੋੜੇ ਜਾਂਦੇ ਸਿੱਧੇ ਜਾਂਦੇ ਨੇ, ਉਹ ਸੜਕਾਂ ਨਹੀਂ ਨਾਪਦੀਆਂ। ਅਜੇ 5-6 ਕੋਟਾ ਅਜੇ ਵੀ ਹੀਰ ਗਈਏ, ਆਣ ਅਹਿਮਦ ਸ਼ਾਹ ਅਬਦਾਲੀ ਨੇ ਧੌਂਸੇ 'ਤੇ ਚੋਟ ਮਾਰੀਏ, ਚੜ੍ਹ ਕੇ ਦੀਨ ਦਾ ਹਰੇ ਰੰਗ ਦਾ ਹੈਦਰੀ ਲਾ ਕੇ ਅਲੀ ਦੇ ਨਾਰੇ, ਦੁਨੀਆਂ ਦਾ ਅਜਮਾਇਆ ਹੋਇਆ ਜਰਨੈਲ ਦਰਾਨੀ ਸਿੱਖਾਂ 'ਚ ਅਣ ਕੇ ਤਲਾਅ ਦਾ ਵਾਰ ਕਰਦੇ। ਚੁਣਵੇ ਲੈ ਲੈ
ਧਰਤੀ ਪੁੱਟ ਦੇ ਉੱਡ ਜਾਵਣ ਹਾਰੇ ਘੋੜੇ ਧਰਤੀ ਪੁੱਟ ਦੇ ਉੱਡ ਜਾਵਣ ਹਾਰੇ ਜਿਸ ਘੋੜੇ ਤੇ ਬੈਠ ਕੇ ਲੜਦਾ ਉਸ ਘੋੜੇ ਦਾ ਚੱਕੀ ਘੋੜਾ ਚੱਕੀ ਨਾ ਘੋੜੇ ਦਾ ਚੱਕੀ ਰਾਤ ਘੁੰਮ ਰਹੀ ਅੱਧੀ ਰਾਤ ਤੋਂ ਰਾਤ ਲੰਘ ਗਈ ਏ ਵਜ਼ੀਰ ਨੂੰ ਪੁੱਛਦੇ ਕਿ ਮਰੱਟੇ ਸੁੱਤੇ ਨਹੀਂ ਅਜੇ ਤੇ ਰਾਤ ਕਿੰਨੀ ਚਲੇ ਗਈ ਏ ਦਰਾਨੀ ਲਿਖਦਾ ਕਿ ਉਸ ਰਾਤ ਮੈਂ ਦੌੜ ਜਾਂਦਾ ਫੈਸਲਾ ਕਰ ਲਿਆ ਕਿ 3.5 ਲੱਖ ਮਰੱਟਾ ਮੈਂ ਜਿੱਤ ਨਹੀਂ ਸਕਾਂਗਾ ਮੇਰੇ ਕੋਲ 1.25 ਲੱਖ ਫੌਜ ਆ ਦੌੜ ਜਾਣਾ ਚਾਹੀਦਾ ਮੈਦਾਨ ਛੱਡ ਕੇ ਕਹਿੰਦੇ ਜਦੋਂ ਮੈਂ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਇਹ ਲੋਕ ਅਜੇ ਰਾਤ ਜਾਗ ਰਹੇ ਨੇ ਤੇ ਇਹਦੇ ਇਹਨੇ ਚੁੱਲ੍ਹੇ ਬਲ ਰਹੇ ਨੇ ਵਜ਼ੀਰ ਨੇ ਆਖਿਆ ਅਹਿਮਦ ਸ਼ਾਹ ਅਬਦਾਲੀ ਇਹ ਸਾਰੇ ਹਿੰਦੁਸਤਾਨ ਚੋਂ ਮਰੱਟੇ ਆ ਗਏ ਨੇ ਪਰ ਨਾ ਇਹਨਾਂ ਇੱਕ ਨਿਸ਼ਾਨ ਏ ਨਾ ਇਹਨਾਂ ਦਾ ਇੱਕ ਲੀਡਰ ਏ ਇਹ ਆਪਣੇ ਆਪਣੇ ਚੁੱਲ੍ਹੇ ਆਪ ਰੋਟੀ ਪਕਾਉਂਦੇ ਦੂਜੇ ਦਾ ਵੰਡ ਕੇ ਨਹੀਂ ਖਾਂਦੇ ਅਹਿਮਦ ਸ਼ਾਹ ਅਬਦਾਲੀ ਦੇ ਹਿਰਦੇ ਚ ਇੱਕ ਆਵਾਜ਼ ਆਈ ਜਸ ਕਹਾਉਂਦਾ ਕਿ ਜਰਨੈਲ ਨਹੀਂ ਕਦੀ ਉਹ ਕਾਇਮ ਅਹਿਮਦ ਸ਼ਾਹ ਅਬਦਾਲੀ ਨੂੰ ਹਰਾ ਨਹੀਂ ਸਕੇ ਅੱਜ ਉਹਨੀ ਸਿੱਖਾਂ ਦੀ ਗਿਣਤੀ ਨਹੀਂ ਹੈ ਜਿੱਡੀ ਸਾਡੇ ਲੀਡਰ ਦੀ ਗਿਣਤੀ ਹੋ ਗਈ ਹੰਨੇ ਹੰਨੇ ਸਰਦਾਰੀ ਨਿੱਕੀ ਜਿਹੀ ਕੌਮ ਹੈ ਗੁਰੂ ਨਾਨਕ ਦੀ ਪਤਨੇ ਅਸੀਂ ਕਿਧਰ ਕੀ ਕਰਦੇ ਤੁਰੇ ਜਾਂਦੇ ਹਾਂ ਚਲੋ ਇੱਕ ਬੰਦਾ ਅੰਮ੍ਰਿਤਧਾਰੀ ਹੈ ਕੋਈ ਬੰਦਾ ਮੋਨਾ ਹੈ ਉਹਦੇ ਵਾਲ ਕਟਾ ਦਿੱਤੇ ਆ ਠੀਕ ਉਹਦੇ ਕੋਲ ਨਾਂ ਲਿਖ ਕੇ ਚੀਜ਼ ਕਹੋ ਮੈਂ ਰਹਿਤ ਮਰਿਆਦਾ 'ਚ ਮੈਂ ਨਹੀਂ ਖਾਣੀ ਉਹਦੇ ਹੱਥ ਲੱਗੇ ਹੋਏ ਨੇ ਪਰ ਅੱਜ ਅੰਮ੍ਰਿਤਧਾਰੀ ਕੋਲ ਅੰਮ੍ਰਿਤਧਾਰੀ ਚੀਜ਼ ਲਿਖ ਕੇ ਖਾਣ ਵਾਸਤੇ ਤਿਆਰ ਨਹੀਂ ਇਹ ਸਾਡੇ ਧੜੇ ਦੀ ਨਹੀਂ ਅਸੀਂ ਗੁਰੂ ਦਾ ਧੜਾ ਛੱਡ ਦਿੱਤਾ ਅਤੇ ਆਪਣੇ ਧੜੇ ਬਣਾ ਕੇ ਬਹਿ ਗਏ ਆਪਣੇ ਗੁਰੂ ਕਹਿੰਦਾ ਤੈਨੂੰ 5 ਪੈਰਾਂ ਕੋਲ ਅੰਮ੍ਰਿਤ ਦੀ ਦਾਤ ਦਿੱਤੀ ਗਈ ਹੈ ਹੁਣ ਤੂੰ ਬਰਾਬਰ ਹੈ ਅਸੀਂ ਕਹਿੰਦੇ ਨੇ ਜੀ ਇਹ ਸਾਡੇ ਜਥੇ ਦਾ ਅੰਮ੍ਰਿਤ ਨਹੀਂ ਛਕਿਆ ਇਹ ਤੇ ਨੀਵਾਂ ਏ ਅਸੀਂ ਇਹਦੇ ਹੱਥ ਦੀ ਰੋਟੀ ਨਹੀਂ ਖਾਣੀ ਇਹਦੇ ਹੱਥ ਦਾ ਕੜਾਹ ਪ੍ਰਸ਼ਾਦ ਵੀ ਨਹੀਂ ਲੈਣਾ ਕੀ ਕਰੋਗੇ ਕਿੱਧਰ ਨੂੰ ਪੰਥ ਤੁਰ ਪਏ ਗੁਰੂ ਅੱਗੇ ਅਰਦਾਸ ਹੋ ਗਈ ਏ ਕੜਾਹ ਪ੍ਰਸ਼ਾਦੀ ਦੇ ਕੇ ਕਿਰਪਾਨ ਭੇਟ ਹੋ ਗਈ ਏ
ਸਾਨੂੰ ਅਜੇ ਯਕੀਨ ਨਹੀਂ ਹੈ ਕਿ ਨਹੀਂ ਜੀ ਸਾਡੇ ਬੰਦੇ ਨੇ ਦੇਗ ਬਣਾਈ ਅਸਾਂ ਨਹੀਂ ਦੇਗ ਲੈਣੀ ਤਾਂ ਕੀ ਲੈਣਾ ਜੀ ਤੁਸੀਂ ਜਿਤਨਾ ਭੇਡਾਂ ਨੂੰ ਰੰਗ ਲੱਗੇ ਹੁੰਦੇ ਨੇ ਅੱਜ ਲੋਕੀ ਰੰਗ ਲਵਾ ਕੇ ਬਹਿ ਗਏ ਨੇ ਉਹ ਗੁਰੂਆਂ ਨਾਲ ਪਿੱਠ ਕਰਕੇ ਬਹਿ ਗਏ ਨੇ ਉਹ ਆਪਣੇ ਡੇਰੇ ਨੂੰ ਉੱਚਾ ਮੰਨਣ ਲੱਗ ਪਏ ਉਹ ਗੁਰੂ ਦੇ ਨਾਲ ਡੇਰੇ ਉੱਚਾ ਮੰਨਣ ਲੱਗ ਪਏ ਠੀਕ ਹੈ ਡੇਰਾ ਸਤਿਕਾਰਯੋਗ ਹੈ ਸਿੱਖੀ ਦਾ ਪ੍ਰਚਾਰ ਕਰਦੇ ਲੇਕਿਨ ਗੁਰੂ ਗੁਰੂ ਹੈ ਕੋਈ ਡੇਰਾ ਗੁਰੂ ਦੇ ਦਰ ਤੋਂ ਵੱਡਾ ਨਹੀਂ ਹੋ ਸਕਦਾ ਗੁਰੂ ਵੱਡਾ ਹੈ ਡੇਰਾ ਵੱਡਾ ਨਹੀਂ ਹੈ ਅੱਜ ਅਸੀਂ ਗੁਰੂ ਨੂੰ ਪਿੱਛੇ ਛੱਡ ਦਿੱਤਾ ਹੈ ਆਪਣੇ ਡੇਰੇ ਵੱਡੇ ਕਰਕੇ ਗੁਰੂ ਬਚਾਵੇ ਨਾ ਲੋਕਾਂ ਦੇ ਕੋਲੋਂ ਜਿਹੜੇ ਨਿੱਕੇ ਜਿਹੇ ਧਰਮ ਅੰਦਰ ਹੋਰ ਵੰਡੀਆਂ ਪਾਈ ਜਾ ਰਹੀਆਂ ਇਹਨਾਂ ਕੋਲ ਗੁਰੂ ਬਚਾ ਕੇ ਰੱਖੇ ਹੁਣ ਤਲਵਾਰ ਲੈ ਕੇ ਅਹਿਮਦ ਸ਼ਾਹ ਦਾਲੀ ਮੈਦਾਨ ਚ ਉਤਰਿਆ ਇਹਨੇ ਜ਼ੋਰ ਦੇ ਹੱਲਾ ਬੋਲਿਆ ਕਿ ਖਾਲਸਾ ਪਾਉਂਦਿਆਂ ਕਿ ਲੈਣਾ ਟੁੱਟ ਗਈਆਂ ਸਿਮਲਾ ਕੌਮ ਦੇ ਵੱਡੇ ਜਥੇਦਾਰ ਸਰਦਾਰ ਜੈ ਸਿੰਘ ਕਨਈਆ ਜਿਹਦੀ ਪੋਤਰੀ ਸ਼ੇਰੇ ਪੰਜਾਬ ਨਾਲ ਬਾਅਦ ਚ ਵਹਿ ਜਾਂਦੀ ਹੈ ਜਿਹੜੀ ਖਾਲਸਾ ਰਾਜ ਦੀ ਫਾਊਂਡਰ ਮੰਨੀ ਗਈ ਹੈ ਔਰ ਇਹਦੇ ਨਾਲ ਜੱਸਾ ਸੰਗਰਾਮ ਗੜੀ ਵੇਖੋ ਰੱਬ ਦਾ ਕੀ ਹੁਕਮ ਹੈ ਦੋਨੋਂ ਵੱਡੇ ਸਰਦਾਰ ਨੇ ਜੱਸਾ ਸੰਗਰਾਮ ਗੜੀਆ ਜੱਸਾ ਸਿੰਘ ਆਲੂ ਵਾਲੀਆ ਆ ਦੋਨਾਂ ਦਾ ਪਿੰਡ ਰਾਵੀ ਦਰਿਆ ਦੇ ਕੰਢੇ ਉੱਤੇ ਨੇ ਰਾਵੀ ਦਰਿਆ ਦੇ ਕੰਢੇ ਉੱਤੇ ਤੇ ਦੋਨਾਂ ਦਾ ਪਿੰਡਾਂ 'ਚ ਪਾਸਤਾ 'ਚ ਰਹਿ ਗਏ ਦੋਨਾਂ ਦਾ ਪਿੰਡ ਪਾਸਤਾ 'ਚ ਰਹਿ ਗਏ ਆਲੂ ਪਿੰਡ ਵੀ ਪਾਸਤਾ 'ਚ ਰਹਿ ਗਏ ਤੇ ਇੱਧਰੋਂ ਜੱਸਾ ਸਿੰਘ ਰਾਮਗੜੇ ਪਿੰਡ ਈਚੋਗਿੱਲ ਇਹ ਵੀ ਪਾਸਤਾ 'ਚ ਰਹਿ ਗਏ ਪਾਸਤਾ ਪਹਿਲੇ ਪਿੰਡ ਪਾਸਤਾ ਦਾ ਇੱਧਰ ਰਾਣੀਆਂ ਆਪਣੇ 'ਚ ਰਹਿ ਗਏ ਈਚੋਗਿੱਲ ਉੱਧਰ ਚਲਾ ਗਿਆ ਇਹ ਦੋਨੋਂ ਪਿੰਡ ਪਾਸਤਾ 'ਚ ਚਲ ਗਏ ਨੇ ਦੋਨੋਂ ਰਾਵੀ ਦਰਿਆ ਦੇ ਕੰਢੇ ਤੇ ਛਾਤੀ ਤਣ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਰੋਕਿਆ ਐ ਜਿਹੜਾ ਜਿਹੜਾ ਤੂਫਾਨ ਆਉਂਦਾ ਏ ਅਹਿਮਦ ਸ਼ਾਹ ਕੱਟੋ ਵੱਢ ਕਰਕੇ ਅੱਗੇ ਵਧੇ ਸਰਦਾਰਾਂ ਨੇ ਇਹਦਾ ਹਾਲਾ ਹਿੱਕ ਡੱਕ ਕੇ ਰੋਕ ਦਿੱਤਾ ਹੈ ਜਿਹੜਾ ਕਿ ਸਿੱਖ ਆਪਣੇ ਆਪ ਨੂੰ ਸੰਭਲੇ ਨੇ ਇੱਧਰ ਅਹਿਮਦ ਸ਼ਾਹ ਦਾ ਚਾਚਾ ਬੁਲੰਦ ਖਾਨ ਅੱਗੇ ਵਧੇ ਕੀ ਪਾਲਸੀ ਅਪਣਾਈ ਅਹਿਮਦ ਸ਼ਾਹ ਨੇ ਸਭ ਤੋਂ ਪਹਿਲਾਂ ਮੈਂ ਹੱਲਾ ਬੋਲਾਂਗਾ ਮੇਰੇ ਪਿੱਛੇ ਬੁਲੰਦ ਖਾਨ ਹੱਲਾ ਬੋਲੇਗਾ ਫਿਰ ਦੂਜੇ ਪਾਸੇ ਤੋਂ ਬਖਸ਼ੀ ਸ਼ਾਹ ਜਹਾਂ ਹੱਲਾ ਬੋਲੇਗਾ ਤੇ ਅਗਲਾ ਬਣੋ ਘੇਰ ਕੇ ਅਗਲਾ ਬਣੋ ਸਿੱਖਾਂ ਨੂੰ ਘੇਰ ਕੇ ਵਜ਼ੀਰ ਸ਼ਾਹ ਵਲੀ ਖਾਨ ਜੈਨ ਖਾਨ ਨਾਜ਼ਮ ਸਰਹੰਦ ਭੀਖਨ ਖਾਨ ਵਾਲੀਆ ਮਲੇਖ ਕੋਟਲਾ ਤੇ ਲਕਸ਼ਮੀ ਨਰਾਇਣ ਅੱਜ ਨਾਗਾ ਬਣਾ ਰੋਕਣਗੇ ਅਸੀਂ ਪਿੱਛੋਂ ਕਤਲੇਆਮ ਕਰਾਂਗੇ ਅੱਗੋਂ ਕਤਲੇਆਮ ਕਰਨਗੇ ਤੇ ਸਿੱਖ ਕੌਮ ਦਾ ਨਾਮ ਨਿਸ਼ਾਨ ਮਿਟਾ ਦਿੱਤਾ ਜਾਵੇਗਾ ਨਾ ਕੋਈ ਬੱਚਾ ਛੱਡਣਾ ਏ ਨਾ ਕੋਈ ਜਨਾਨੀ ਛੱਡਣੀ ਏ ਕੇਵਲ ਅਖਬਾਰਾਂ 'ਚ ਪੜ੍ਹਨ ਵਾਸਤੇ ਰਹਿ ਜਾਣਾ ਕਿ ਦੁਨੀਆਂ 'ਤੇ ਕਦੇ ਸਿੱਖ ਹੁੰਦਾ ਸੀ ਸਿੱਖ ਨਾਂ ਦੀ ਕੋਈ ਚੀਜ਼ ਦੁਨੀਆਂ 'ਤੇ ਬਾਕੀ ਨਹੀਂ ਛੱਡਣੀ ਇਹ ਧਾਰ ਕੇ ਅਹਿਮਦ ਸ਼ਾਹ ਮੈਦਾਨ 'ਚ ਆਏ 5 ਫਰਵਰੀ 1762 ਈਸਵੀ ਵੱਡਾ ਘੱਲੂਘਾਰਾ ਸ਼ੁਰੂ ਹੋ ਗਿਆ ਹੁਣ ਜਿਹੜਾ ਕਿ ਅਹਿਮਦ ਸ਼ਾਹ ਨੂੰ ਸੰਭਲੇ ਦੂਜਾ ਪਾਸਾ ਬੁਲੰਦ ਖਾ ਕੇ ਵਧੇ ਤਣ ਕੇ ਛਾਤੀ ਸਿੱਖ ਕੌਮ ਦਾ ਜਰਨੈਲ ਸਦਾ ਚੜ੍ਹ ਸਿੰਘ ਦੀ ਸੁੱਕਾ ਚੱਕਿਆ ਛਾਤੀ ਤਣ ਕੇ ਸਾਹਮਣੇ ਆ ਗਏ ਸਾਹਮਣੇ ਅਹਿਮਦ ਸ਼ਾਹ ਦਾ ਚਾਚਾ ਏ ਦੂਜਾ ਬਣਾ ਸੁੱਕਾ ਚੱਕਿਆ ਸਰਦਾਰ ਵੱਡਾ ਘੱਲੂਘਾਰਾ ਇੱਕ ਇੱਕ ਮਿਸਾਲ ਦੀ ਲੱਗ Thank you.
कहिंदे अगे लगा दलां दे ते सोना दल शिंगार कहिंदे बुढ़ा सिंह दा पोतरा ਕਾਮਦਾ ਤੇ ਖਾਲੀ ਜੈਨਵਾਰ ਕਹਿੰਦੇ ਪੈ ਗਿਆ
ਨਜ਼ਰ ਬੁਲੰਦ ਖਾਂ ਨਜ਼ਰ ਬੁਲੰਦ ਖਾਂ ਤੇ ਸਿੰਘ ਕਿਆ ਲਲਕਾਰ ਕਹਿੰਦਾ ਤਕੜਾ ਹੋ ਜਾ ਕਾਰੀਆ ਕਹਿੰਦਾ ਤਕੜਾ ਹੋ ਜਾ ਕਾਰੀਆ ਤੇ ਜਨਤ ਨੂੰ ਹੋ ਤਿਆਰ ਕਹਿੰਦੇ ਤਾਕੀ ਗੋਲੀ ਸਿੰਘ ਨੇ ਕਹਿੰਦੇ ਤਾਕੀ ਗੋਲੀ ਸਿੰਘ ਨੇ ਤੇ ਸਤ ਕਰਤਾ ਬੁਲੰਦ ਖਾਂ ਦੇ ਚੱਲਿਆ ਗਿਆ ਨਵਾਰ ਕਹਿੰਦੇ ਅਹਿਮਦ ਸ਼ਾਹ ਦੇ ਪੈਰ ਵੀ ਆਈ ਅਹਿਮਦ ਸ਼ਾਹ ਦੇ ਪੈਰ ਵੀ ਤੇ ਉਖੜ ਗਏ ਕੁਮਾਰ ਕਹਿੰਦੇ ਸੋਹਣੀ ਕੀਤੀ ਸੀਤਲਾ ਕਹਿੰਦੇ ਸੋਹਣੀ ਕੀਤੀ ਸੀਤਲਾ ਤੇ ਚੜ੍ਹ ਸਿੰਘ ਸਰਦਾਰ ਕਹਿੰਦੇ ਰੱਖੂ ਯਾਦ ਬਹਾਦਰੀ ਸੰਸਾਰ ਪਿੱਛੋਂ ਢਾਡੀ ਵਾਲਾ ਕੌਣ ਗਏ ਛੋਟੀ ਇੱਕ ਬੁੱਢੀ ਹੈ ਬਈ ਕੋਈ ਮੇਰੀ ਧੀ ਮੇਰਾ ਪਿਆਰਾ ਕੋਈ ਭੈਣ ਕੋਈ ਬਜ਼ੁਰਗ ਕੋਈ ਮਾਤਾ ਜੇ ਕੋਈ ਆਵਾਜ਼ ਸੁਣਦੀ ਉੱਤੇ ਸਟੇਜ ਉੱਤੇ ਆਣ ਕੇ ਛੋਟੀ ਗੁੱਡੀ ਹਰੇ ਰੰਗ ਦੇ ਕੱਪੜੇ ਪਾਏ ਆ ਤੇ ਦੋ ਸਾਲ ਦੀ ਬੱਚੀ ਕੋਈ ਮੇਰੀ ਆਵਾਜ਼ ਸੁਣਦਾ ਉੱਥੇ ਕਿਰਪਾ ਕਰਕੇ ਸਟੇਜ ਤੋਂ ਆਣ ਕੇ ਬੱਚੇ ਨੂੰ ਲੈ ਜਾਂ ਦੋ ਸਾਲ ਦੀ ਬੱਚੀ ਹਰੇ ਰੰਗ ਦੇ ਕੱਪੜੇ ਪਾਏ ਹੋਏ ਦੁਨੀਆਂ ਦਾ ਮੰਨਿਆ ਹੋਇਆ ਜਰਨੈਲ ਅੱਗੇ ਵਧਿਆ ਬੁਲੰਦ ਖਾਂ ਜਦੋਂ ਸਿੱਖਾਂ ਮਲਤਾਂ ਚੋਂ ਕੁੱਟ ਕੇ ਭਜਾਇਆ ਏ ਅਜਕਰੀ ਫੇਰ ਪੈਂਦੇ ਸਾਹਮਣੇ ਆਏ ਸਿੱਖ ਤਵਰੀਖ ਲਿਖਦੀ ਏ ਸਿੱਖ ਤਵਰੀਖ ਪੰਜ ਬੰਦੇ ਬੰਦੂਕਾਂ ਭਰ ਕੇ ਦਿੰਦੇ ਪੰਜ ਬੰਦੇ ਸਰਦਾਰ ਚੜ੍ਹ ਸਿੰਘ ਬੰਦੂਕ ਚਲਾਉਂਦਾ ਏ ਪੰਜ ਬੰਦੇ ਬੰਦੂਕਾਂ ਭਰ ਥੱਕ ਜਾਂਦੇ ਨੇ ਲੇਕਿਨ ਚੜ੍ਹ ਸਿੰਘ ਥੱਕਦਾ ਨਹੀਂ ਬੰਦੂਕ ਚਲਾਉਂਦਾ ਕਾਜੀ ਨੂਰ ਮੁਹੰਮਦ ਲਿਖਦਾ ਏ ਉਹ ਦੁਨੀਆਂ ਵਾਲੇ ਹੋ ਜੇ ਬੰਦੂਕ ਚਲਾਉਣ ਦੀ ਜਾਤ ਸਿੱਖਣੀ ਏ ਤੇ ਸ਼ੁਕਰ ਸਿੱਖੇ ਸਾ ਚੜ੍ਹ ਸਿੰਘ ਕੋਲ ਜਾ ਕੇ ਸਿੱਖ ਕਿ ਬੰਦੂਕ ਕਿਵੇਂ ਚਲਾਈਦੀ ਏ ਵੇਖੋ ਦੁਸ਼ਮਣ ਏ ਸਾਡਾ ਪਰ ਸਿਫਤ ਕਰਦੇ ਕਹਿੰਦਾ ਪੂਰਾ ਯੋਧੀ ਘੋੜਾ ਭਜਾਈ ਜਾ ਰਿਹਾ ਸਰਦਾਰ ਤੇ ਬੰਦੂਕ ਦੀ ਨਾਲੀ ਪਿੱਛੇ ਨੂੰ ਕਰਕੇ ਫੈਰ ਕਰੇ ਕਹਿੰਦੇ ਚੜ੍ਹ ਸਿੰਘ ਨਿਸ਼ਾਨਾ ਕਦੇ ਖਾਲੀ ਨਹੀਂ ਜਾਂਦਾ ਨਿਸ਼ਾਨਾ ਨਹੀਂ ਖਾਲੀ ਜਾਂਦਾ ਇਹ ਤੋੜੇ ਵਾਲੀਆਂ ਬੰਦੂਕਾਂ ਹੁੰਦੀਆਂ ਅੱਗੋਂ ਭਰੀਆਂ ਜਾਂਦੀਆਂ ਗਾਜਰਾਂ ਫਿਰ ਚਲਾਈਆਂ ਜਾਂਦੀਆਂ ਇਹ ਹਿੱਕ ਜਾਣ ਕੇ ਗੋਲੀ ਵੱਜੀ ਮੂੰਹ ਪੰਨਾ ਜ਼ਮੀਨ ਤੇ ਡਿੱਗਿਆ
ਆਹ ਜਗਤ ਸਦਾ ਖਾਮਿਕ ਸ਼ਬਦ ਲਈ ਕਿਉਂ ਕਹਿੰਦੇ ਪੁੱਤ ਮਰਾਉਣਾ ਹੈ ਆ ਤੇਰੇ ਤੇ ਮੇਰੇ ਦਰਮਿਆਨ ਜੰਗ ਦਾ ਫੈਸਲਾ ਜਾ ਉਹੀ ਅਹਿਮਦ ਸ਼ਾਹ ਅਬਦਾਲੀ ਜਿਹਨੇ ਸਾਡਾ ਤਿਲਕ ਹਮਲਾ ਟੈਕ ਸਾਲ ਪਹਿਲਾਂ ਰਾਏ ਅੱਜ ਸਿੱਖਾਂ ਦੀ ਤਲਵਾਰ ਕੋ ਡਰਦਾ ਹੋਇਆ ਘੋੜਾ ਭਜਾ ਕੇ ਪਿੱਛੇ ਲੁਕ ਗਿਆ ਪਿੱਛੇ ਲੁਕ ਗਿਆ ਇਤਿਹਾਸਕਾਰ ਲਿਖਦੇ ਨੇ ਜੇ ਸਿੱਖਾਂ ਦੇ ਬੱਚੇ ਬਜ਼ੁਰਗ ਵੀ ਹੀਰ ਨਾਲ ਨਾ ਹੁੰਦੇ ਤੇ ਕਦੀ ਸਿੱਖਾਂ ਦੀ ਤਲਵਾਰ ਦੇ ਕੋਲੋਂ ਅਹਿਮਦ ਸ਼ਾਹ ਅਬਦਾਲੀ ਬਚ ਕੇ ਨਾ ਨਿਕਲਦਾ ਵੱਡਾ ਘੱਲੂਘਾਰਾ ਲਿਖੇ ਸਰਦਾਰ ਕਰਮ ਸਿੰਘ ਅਸਤੋਰੀਆ ਨੇ ਬੜੀ ਵਧੀਆ ਉਹ ਮਿਸਾਲ ਦਿੰਦੇ ਕਹਿੰਦੇ ਕਿ ਕਦੇ ਕਦੇ ਕਾਸ਼ ਉੱਤੇ ਕੋਈ ਇੱਲ ਘੁੰਮਦੀ ਹੋਵੇ ਤੇ ਥੱਲੇ ਜ਼ਮੀਨ ਤੇ ਇੱਕ ਮੁਰਗੀ ਜਿਹਦੇ ਨਿੱਕੇ ਨਿੱਕੇ ਬੱਚੇ ਨੇ ਉਹ ਕੁੜ 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 ਕਰਕੇ ਆਪਣੇ ਖੰਭਾਂ ਥੱਲੇ ਆਪਣੇ ਬੱਚੇ ਲੁਕੋ ਲੈਂਦੀ ਹੈ ਤੇ ਨਿੱਕਾ ਨਿੱਕਾ ਕਦਮ ਪੁੱਟ ਕੇ ਉਨੀ ਦੇਰ ਤੱਕ ਬੱਚੇ ਆਪਣੀ ਖੰਭਾਂ ਥੱਲੇ ਲੁਕੋ ਕੇ ਰੱਖਦੀ ਹੈ ਜਿੰਨੀ ਦੇਰ ਖਤਰਾ ਉਹਦੇ ਕੋਲ ਟਲ ਨਾ ਜਾਵੇ ਜਿੰਨੀ ਦੇ ਉੱਪਰ ਦੁਸ਼ਮਣ ਇੱਲ ਜਿਹੜੀ ਹੈ ਉਹ ਦੂਰ ਨਾ ਚਲੀ ਜਾਵੇ ਕਹਿੰਦਾ ਇਹ ਹਾਲ ਸਿੱਖਾਂ ਦਾ ਹੋਇਆ ਪਿਆ ਤਲਵਾਰ ਕਹਿੰਦ ਸਾਨੂੰ ਪਿੱਛੇ ਧੱਕਦੇ ਨੇ ਤੇ ਤਿੰਨ ਚਾਰ ਮਿੰਟ ਫਿਰ ਆਪਣਾ ਬਾਲ ਬੱਚਾ ਅੱਗੇ ਤੋਰਦੇ ਨੇ ਤੇ ਇਉਂ ਲੜਦਿਆਂ ਲੜਦਿਆਂ ਦੁਪਹਿਰ ਦੇ ਦੋ ਵੱਜ ਗਏ ਨੇ ਦੋ ਵੱਜ ਗਏ ਨੇ ਸਵੇਰੇ 8 ਵਜੇ ਲੜਾਈ ਸ਼ੁਰੂ ਹੋਈ ਹੈ 6 ਘੰਟੇ ਤਲਵਾਰ ਚੱਲਦੀ ਰਹੀ ਹੈ ਬਾਹਾਂ ਥੱਕ ਗਈਆਂ ਨੇ ਲੜਦਿਆਂ ਲੜਦਿਆਂ ਪਿੰਡ ਗਹਿਲ ਇਹ ਪਿੰਡ ਗਹਿਲ ਆ ਗਿਆ ਪੰਜਾਬੀ ਦਾ ਕਰੈਕਟਰ ਹੋਇਆ ਪ੍ਰੋਫੈਸਰ ਮੋਹਨ ਸਿੰਘ ਜੀ ਮੇਲਾ ਲੱਗਦਾ ਲੁਧਿਆਣੇ ਉਹਦਾ ਉਹਨੇ ਚਾਰ ਲੈਣਾ ਬੜੀਆਂ ਕਬਾਲ ਦੀਆਂ ਲਿਖੀਆਂ ਨੇ ਮੈਂ ਚਾਰ ਤਾਂ ਨਹੀਂ ਕਹਿਣੀਆਂ ਕੇਵਲ ਦੋ ਕਹਿਣੀਆਂ ਉਹ ਅੱਜ ਕਹਿ ਲਓ ਕੋਈ 100 ਸਾਲ ਪਿੱਛੋਂ ਆਣ ਕੇ ਢਾਡੀ ਕਵੇ ਉਹ ਅੱਜ ਹੀ ਉਹਦਾ ਓਨਾ ਹੀ ਮੁੱਲ ਤੇ 100 ਸਾਲ ਬਾਅਦ ਉਹਦਾ ਓਨਾ ਹੀ ਮੁੱਲ ਕਦੀ ਕਦੀ ਕਿਸੇ ਕਵੀ ਦੇ ਅੰਦਰੋਂ ਐਸੇ ਸ਼ਬਦ ਨਿਕਲਦੇ ਨੇ ਉਹ ਸ਼ਬਦ ਵੀ ਅਮਰ ਹੋ ਜਾਂਦੇ ਨੇ ਉਹ ਲਿਖਣ ਵਾਲਾ ਵੀ ਅਮਰ ਹੋ ਜਾਂਦਾ ਹੈ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਨੇ ਹੈ ਤਾਂ ਸ਼ਿੰਗਾਰ ਉੱਤੇ ਲਿਖਿਆ ਸ਼ਿੰਗਾਰ ਆਸ ਦੇ ਉੱਤੇ ਕਹਿੰਦਾ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਹੋ ਬਹਿੰਦੀ ਪਰਖਿਆ ਜਾਣ ਸੱਜਣਾ ਸਵੇਲੇ ਜਦ ਬਾਜੀ ਪੁੱਠੀ ਪੈਂਦੀ ਜਿਹੜੇ ਮਲਵਈ ਸਿੱਖ ਨੂੰ ਸਾਂਭਦੇ ਅੱਜ ਉਹ ਤਲਵਾਰ ਲੈ ਕੇ ਸਿੱਖ ਨੂੰ ਮਾਰਨ ਵਾਸਤੇ ਆ ਗਿਆ ਸਿੱਖ ਬਾਲ ਬੱਚੇ ਸਾਹ ਸੁੱਤੇ ਅੱਗੇ ਨੂੰ ਵਧੇ ਇਸ ਨੂੰ ਆਪਣੇ ਕਜ ਲਕਾ ਲੈਣਗੇ ਥਾਂ ਦੇਣਗੇ ਲੇਕਿਨ ਅਹਿਮਦ ਸ਼ਾਹ ਦੇ ਇੰਨਾ ਡਰ ਕਿਸੇ ਮਲਵੀ ਨੇ ਅੱਜ ਸਿੱਖਾਂ ਦੀ ਅੱਜ ਬਾਣੀ ਫੜੀ ਕਰੇ ਦਰਵਾਜ਼ੇ ਬੰਦ ਕਰ ਦਿੱਤੇ ਤਲਵਾਰਾਂ ਲੈ ਕੇ ਮਾਰ ਲੱਗ ਪਏ ਸਿੱਖ ਬੱਚੇ ਬਜ਼ੁਰਗ ਔਰਤਾਂ ਮਕਈ ਦਾ ਸੁੱਕਾ ਕੁੰਨੂ ਬੋਲਦੇ ਆ ਤੁਹਾਡੇ ਪਤੀ ਕੀ ਬੋਲਦੇ ਕੀ ਨਹੀਂ ਆ ਜਿਹੜੇ ਕਣਕਾਂ ਆਪਾਂ ਬੀਜਣੀਆਂ ਨੇ ਜਵਾਰ ਹੋਵੇ ਮਕਈ ਹੋਵੇ ਵੱਢ ਕੇ ਇੱਕ ਬੰਨੇ ਇਕੱਠੀ ਕਰ ਲੈਂਦੇ ਹਾਂ ਅਤੇ ਉਹਦਾ ਢੇਰ ਜਿਹਾ ਲਾ ਲਏ ਕੋਈ ਕੁੰਨੂ ਬੋਲਦੇ ਕੋਈ ਕੁੱਪ ਬੋਲਦੇ ਹੁਣ ਸਿੱਖਾਂ ਦੇ ਬੱਚੇ ਜੀ ਭੈਣੇ ਇਸ ਮਕਈ ਦੇ ਕੁੰਨੂ ਚੜ ਕੇ ਲੁਕ ਗਏ ਕਿ ਚਲੋ ਦੁਸ਼ਮਣ ਲੰਘ ਜਾਵੇਗਾ ਬਾਹਰ ਆ ਜਾਵਾਂਗੇ ਲੇਕਿਨ ਮਲੇਰ ਕੋਟਲੇ ਦੇ ਹਾਕਮ ਭੀਖਣ ਖਾਣੇ ਇਸ ਮਕਈ ਦੇ ਸੁੱਕੇ ਕੁੰਨੂਆਂ ਨੂੰ ਜਿਹ 'ਚ ਨਿੱਕੇ ਨਿੱਕੇ ਬੱਚੇ ਜਨਾਨੀਆਂ ਸਾਡੇ ਲੁਕੇ ਨੇ ਸਾੜ ਕੇ ਰਾਖ ਦਿੱਤੇ ਫੈਸਲਾ ਇਹ ਆ ਨਾ ਕੋਈ ਜਨਾਨੀ ਛੱਡਣੀ ਹੈ ਨਾ ਕੋਈ ਬੱਚਾ ਛੱਡਣਾ ਹੈ ਸਮੂਲਚੀ ਕੌਮ ਮੁਕਾ ਦੇਣੀ ਹੈ ਸਮੂਲਚੀ ਕੌਮ ਮੁਕਾ ਦੇਣੀ ਹੈ ਲੜਦਿਆਂ ਲੜਦਿਆਂ ਉਹਨੇ ਇੱਕ ਵਾਰੀ ਫਿਰ ਆਪ ਅਬਦਾਲੀ ਮੈਦਾਨ 'ਚ ਆਇਆ ਆਪ ਦੂਜੀ ਰਾਇ ਤਾਂ ਜ਼ੋਰ ਦੇ ਅੰਸ਼ਾਂ ਨੇ ਤਲਵਾਰ ਚਲਾਈ ਸਭ ਲੈਣਾ ਸਿੱਖਾਂ ਦੇ ਟੁੱਟ ਗਿਆ ਟੁੱਟ ਗਿਆ ਦੂਰ ਤੱਕ ਲਾਸ਼ਾਂ ਦੇ ਬਾਹਰ ਲੱਗ ਗਏ ਐਂ ਖੂਨ ਦਿਆਂ ਦੇ ਜਿੱਦ ਵੇਖੋ ਚਾਰ ਛੇ ਖੂਨ ਫਲੱਟੇ ਖੂਨ ਜਿਵੇਂ ਦਰਿਆ ਖੂਨ ਦਾ ਵਗਦਾ ਹੈ ਇਹ ਉਹ ਵਗਣਾ ਸ਼ੁਰੂ ਹੋ ਗਿਆ ਸੁਲਤਾਨ ਕੌਮ ਜਸ ਸੰਘਲ ਵਾਲੀਆ ਸਿਰ ਤੋਂ ਸਾਰਾ ਉਹਦਾ ਚਿਹਰਾ ਐਂ ਖੂਨਾ ਭਰਿਆ ਉਹਦਾ ਦੜਾ ਖੂਨਾ ਭਰਿਆ ਹੋਵੇ ਉਹਦੇ ਕੱਪੜੇ ਖੂਨਾ ਭਰੇ ਹੋਏ ਨੇ ਘੋੜੇ ਤੋਂ ਉਤਰਿਆ ਘੋੜੇ ਤੋਂ ਥੱਲੇ ਉਤਰਿਆ ਦੂਪ ਦੂਹ ਜੰਗ ਚੱਲਦੀ ਏ ਲੇਕਿਨ ਸਦਾ ਘੋੜੇ ਤੋਂ ਉਤਰ ਕੇ ਖਲੋ ਕੇ ਪਰਾਂ ਤੇ ਜੋੜਾ ਉਤਾਰ ਕੇ ਹੱਥ ਜੋੜ ਕੇ ਉਹਨੇ ਇੱਕ ਗੱਲ ਕਹੀ ਜਿਹੜੀ ਗੱਲ ਯਾਦ ਰੱਖਣ ਵਾਲੀ ਹੈ ਕਹਿੰਦਾ ਕਲਗੀਆਂ ਵਾਲਿਆ ਤੂੰ ਸਾਨੂੰ ਜਿਸ ਗ੍ਰੰਥ ਲੜ ਲਾ ਕੇ ਗਿਆ ਏ ਅਸੀਂ ਹੁਣ ਤਾਂ ਗ੍ਰੰਥ ਨੂੰ ਗੁਰੂ ਕਰਕੇ ਮੰਨਦੇ ਆਏ ਹਾਂ ਤੇਰਾ ਹੁਕਮ ਏ ਆਗਿਆ ਪਈ ਅਕਾਲ ਕੀ
तभी चलायो पंथ को हुक्म है गुरु मान्यो बाजा वाले आ तेरे ग्रंथों मुसलमानों ने मथा नहीं टेकना पादशाह तेरे ग्रंथों हिंदुओं ने मथा नहीं टेकना ते जिन्होंने मथा टेकना है और कौम आज मर चली है खत्म हो चली है मर चली है कोई सिख कौम दे बच्चे दा लाल नजर नहीं आउंदे चांस पे तलवार तलवार चल रही है आए खून दियां नदियां वग दियां निकल गियां वाले आ ये पंथ तेरा नहीं बचे ते तू चाहुंदा कि पंथ बचा रहे फिर अपने पंथ ही राखी कर पादशाह पानी सारे से तो लंघ गए बढ़िया प्यारियां दे दो लाइना लिख दे कलगियां वाले आ पंथ रहेगा पंथ रहेगा तो ग्रंथ की रहेगी नाथ नाथ अर्थ है परमात्मा कान पाटे जोगी नूं तुसां नाथ समझ लैणा कि पंथ रहेगा तो ग्रंथ की रहेगी नाथ पंथी ना रहा ग्रंथ को कौन मानेगा ते एक गल याद रखनी अरदास शब्द की मथाज नहीं होंगी शब्द की मथाज नहीं होंगी जड़ी अरदास आप हुण करनी समाज तों बाद साढ़े इतिहास है यह साढ़े इतिहास है पहला दस गुरुओं के नाँ लेंदे आ फिर गुरु ग्रंथ महाराज दृढ़ करा के साडा गुरु है फिर पांच प्यारे चार शब्द मुगते उन्हें शहीदों याद करते हैं जिन्हें गुरु आते कुर्बानियां दित्तियां ने फिर गुरुद्वारे तख्तों याद करते हैं उन्हें गुरसिखों याद करते हैं जिन्हें अपने खोपड़ियां लाइया बंद बंद कटाए उन्हें मावों नूं याद करते हैं जिन्हें अपने बच्चों के टोटे गलों च पाले ये मेरी कौम का इतिहास इतिहास है सिद्ध रहने साडे बच्चे नूं पता लगे साडे वड्डे ने की कीता अरदास शब्दों की मथाज नहीं होंगी शब्दों की मथाज नहीं होंगी ये बंदे अंदरों निकल एक हूक है तो जो बंदे अंदरों हूक भिज के निकलती है तो वह जो शब्द बोलता है बस उन्होंने आप अरदास बोलते हैं उन्होंने अरदास बोलते हैं हम छेड़ के कूड़े कि सुल्तान को फिर अगे वधे वहीर हो थोड़े अगे तुरे आ जसा सिंह आलू वाली अहमद शाह अब्दाली के सामने डटी आई जंगल चो तुरी शाही किला लाहौर च पहुंचे दरबाना पुछा कौन है उन्हें आख्या मैं ओ हाँ जिन्हें मसा रंगण मारिया मसा रंगण मारिया मैं जबान दी सी मैं कौल किया तारू सिंह कहते जिंदगी जूंदी रही ते तेरिया अखा समय शहीद होवांगा तेरिया अखा समय ते तो पहला शहीद होवांगा पता लगा मेरा यार फड़िया गया मैं अपने यार ने बोल करार करवाते हैं कोई मौत का डर नहीं है फिर भाई तारू सिंह अखा के सामने चढ़ा के सूली दे उत्ते भाई महताब सिंह पंगू लाहौर च शहीद किया गया और भाई तारू सिंह तो एक दिन पहला शहीद किया गया एक दिन पहला इहदा बाप जंग च लड़दा लड़दे लड़दे अगे वधे हुण शाम सिंह लाला कहन लगा सरदार जी बड़ा योरना अब्दाली वध आ रहे तुसीं हिक रह के रोको मैं जाके अपने धिया अपना छड़ा के लेके आऊंगा जे साडियां बनिया गईयां साडा जूंदा की रह गया लेके अपनी फौज कलौड़िया मिसरा जथेदार बाबा श्याम सिंह नाले पूरा योधी पिछे हट के घोड़े बजाए आन के रे गिलजे जड़े बन के सिख तियां पना लेके जा रहे सी तलवार ते तलवार खड़की ते बाबा श्याम सिंह नाले अपनी कौम दे तियां पना एहो बचा लिया Thank you.
ਸ਼ਾਮ ਸੰਗਿਆ ਮੈਂ
ਮਿਣ ਕੀਤੇ ਟੱਕਰੇ ਮਿਣ ਕੀਤੇ ਟੱਕਰੇ ਲਈਆ ਵਾਰੀ ਦੀਆਂ ਵੰਡੀਆਂ ਪਾ ਕਿਸੇ ਤਿੰਨ ਲਿਖੇ ਕਿਸੇ ਸਾਢੇ ਤਿੰਨ ਲਿਖੇ